ਸਾਹਿਬ ਜੀ ਅੰਤ ਨਬਾਵਤ ਦੇਵ ਸਭੈ ਮੁਨ ਇੰਦਰ ਮਹਾਸਿਵ ਜੋਗ ਕਰੀ ਫੁਨ ਵੇਦ ਬਰੰਚ ਵਿਚਾਰ ਰਹਿਓ ਹਰ ਜਾਪ ਨ ਛੱਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜੁਨ ਮਾਹੇ ਧਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜੁਨ ਮਾਹੇ ਧਰੀ ਪੂਰਾ ਪ੍ਰਭ ਆਰਾਧਿਆ ਪੂਰਾ ਜਗ ਨਾਉ ਨਾਨਕ ਪੂਰਾ ਪਾਏ ਪੂਰੇ ਕੇ ਗੁਣ ਗਾਓ ਵੈ ਸਿਫਤ ਖਸਮ ਨੂਰ ਅਰਸੋਂ ਕੁਰਸੋਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਹਿਰੋ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਆਪ ਸੰਗਤਾਂ ਨੇ ਬੈਠ ਕੇ ਗੁਰਬਾਣੀ ਦੇ ਕੀਰਤਨ ਆਸਾ ਦੀ ਵਾਰ ਗੁਰਬਾਣੀ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਜੀ ਇਸ ਵੇਲੇ ਲੜੀਵਾਰ ਕਥਾ ਦੇ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕੇ ਨਿਹਾਲ ਕਰ ਰਹੇ ਨੇ।
ਮਨ ਦੇ ਧਿਆਨ ਨੂੰ ਟਿਕਾਈਏ ਭਾਵਨਾ ਦੇ ਨਾਲ ਮਹਾਰਾਜ ਦੇ ਅੰਮ੍ਰਿਤ ਬਚਨ ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੈਰੋਂ ਮਹਲਾ ਪੰਜਵਾਂ, ਅਸ਼ਟਪਦੀਆਂ ਘਰ ਦੂਜਾ। ਪੈਰੋਂ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇੱਥੋਂ ਬਾਣੀ ਪ੍ਰਾਰੰਭ ਹੋ ਰਹੀ ਹੈ। ਇਹ ਬਾਣੀ ਦਾ ਨਾਮ ਹੈ ਅਸ਼ਟਪਦੀਆਂ, ਅੱਠ ਅੱਠ ਪੌੜੀਆਂ ਦਾ ਇਹ ਸ਼ਬਦ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਆਪਾਂ ਅਸ਼ਟਪਦੀਆਂ ਵਿੱਚ ਸਰਵਨ ਕੀਤਾ ਹੈ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦੋ ਸ਼ਬਦ ਆਪਾਂ ਅਸ਼ਟਪਦੀਆਂ ਦੇ ਸਰਵਨ ਕੀਤੇ। ਹੁਣ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕੁਝ ਅਸ਼ਟਪਦੀਆਂ ਉਚਾਰਦੇ ਨੇ, ਦੂਜੇ ਘਰ ਦੇ ਅੰਦਰ ਇਹਨਾਂ ਨੂੰ ਗਾਉਣ ਦਾ ਹੁਕਮ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਪਰਮੇਸ਼ਰ ਹੈ, ਨਿਰੰਕਾਰ ਉਹ ਇੱਕ ਹੈ। ਪਰਮਾਤਮਾ ਦੇ ਨਾਮ ਦੇ ਅੱਗੇ ਏਕਾ ਲਾਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਲੱਗਿਆਂ ਮਹਾਰਾਜ ਨੇ ਗਣਿਤ ਦਾ ਅੰਕ ਇੱਕ ਜਿਹੜਾ ਹੈ ਉਹ ਲਿਖਿਆ ਹੈ। ਉਹਦਾ ਕਾਰਨ ਇਹ ਹੈ ਕਿ ਪਰਮੇਸ਼ਰ ਇੱਕ ਹੈ। ਇਸ ਤੋਂ ਅੱਗੇ ਬਾਕੀ ਬਾਣੀ ਪ੍ਰਾਰੰਭ ਹੁੰਦੀ ਹੈ। ਜਿਹੜਾ ਪਰਮਾਤਮਾ ਨੂੰ ਕਈਆਂ ਰੂਪਾਂ ਵਿੱਚ ਜਾਣਦਾ ਉਹ ਪਰਮਾਤਮਾ ਨੂੰ ਮੰਨਦਾ ਨਹੀਂ ਹੈ। ਬਹਾਦਰ ਸ਼ਾਹ ਬਾਦਸ਼ਾਹ ਨੇ ਮਹਾਰਾਜ ਨੂੰ ਪੁੱਛਿਆ ਨਾ, ਮਹਾਰਾਜ ਖੁਦਾ ਦਾ ਕੀ ਰੂਪ ਹੈ? ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ ਸੀ ਖੁਦਾ ਤਿੰਨ ਤਰ੍ਹਾਂ ਦਾ ਹੈ, ਤਿੰਨ ਤਰ੍ਹਾਂ ਦਾ ਰੱਬ ਹੈ। ਹੈਰਾਨ ਹੋ ਗਿਆ ਬਹਾਦਰ ਸ਼ਾਹ, ਕਹਿੰਦਾ ਮਹਾਰਾਜ ਮੈਂ ਤਾਂ ਇਸਲਾਮ ਦੇ ਗ੍ਰੰਥ ਇਹ ਗੱਲ ਕਹਿੰਦੇ ਨੇ, ਦਾਨਿਸ਼ਵੰਦ ਸਿਆਣੇ ਲੋਕ ਇਹ ਗੱਲ ਕਹਿੰਦੇ ਵੀ ਰੱਬ ਇੱਕ ਹੈ, ਤੁਸੀਂ ਆਉਂਦੇ ਜੇ ਰੱਬ ਤਿੰਨ ਨੇ। ਅਤੇ ਮਹਾਰਾਜ ਨੇ ਸਮਝਾਇਆ ਸੀ ਬਹਾਦਰ ਸ਼ਾਹ ਇੱਕ ਤਾਂ ਤੁਹਾਡਾ ਰੱਬ ਹੈ ਜਿਹਨੂੰ ਤੁਸੀਂ ਖੁਦਾ ਕਹਿੰਦੇ ਹੋ, ਅੱਲਾਹ ਕਹਿੰਦੇ ਹੋ, ਤੁਸੀਂ ਕਹਿੰਦੇ ਹੋ ਵੀ ਸਾਰੀ ਦੁਨੀਆ ਮੁਸਲਮਾਨ ਬਣਾਉਣੀ ਹੈ, ਇਕੱਲਾ ਦੇ ਰਾਹ 'ਤੇ ਚਲਾਉਣੀ, ਇੱਕ ਦੇ ਰੱਬ ਇਹ ਹੋ ਗਿਆ। ਅਤੇ ਦੂਜਾ ਰੱਬ ਉਹ ਹੈ ਜਿਹਨੂੰ ਹਿੰਦੂ ਮੰਨਦੇ ਹੋ, ਕਹਿੰਦੇ ਸਾਡਾ ਭਗਵਾਨ ਹੈ, ਅਸੀਂ ਪੂਜਾ ਕਰਾਂਗੇ, ਦੂਜਾ ਫਿਰ ਉਹ ਹੋ ਗਿਆ। ਅਤੇ ਤੀਜਾ ਉਹ ਹੈ ਜਿਹੜਾ ਸਾਰਿਆਂ ਨੂੰ ਰੱਬ ਦੀ ਜੋ ਜਾਣਦਾ ਵੀ ਹਿੰਦੂਆਂ ਵਿੱਚ ਵੀ ਪਰਮਾਤਮਾ ਹੈ ਅਤੇ ਮੁਸਲਮਾਨਾਂ ਵਿੱਚ ਵੀ ਪਰਮਾਤਮਾ, ਸਾਰਿਆਂ ਦੇ ਵਿੱਚ ਉਹ ਅਕਾਲ ਪੁਰਖ ਹੀ ਹੈ। ਜਿਹੜਾ ਇਹ ਜਾਣਦਾ ਉਹਦੇ ਵਾਸਤੇ ਤੀਜਾ ਰੱਬ ਫਿਰ ਤਿੰਨ ਹੀ ਹੋਏ ਨਾ। ਮਹਾਰਾਜ ਦਾ ਬਚਨ ਸੁਣ ਕੇ ਉਸ ਵੇਲੇ ਚੁੱਪ ਕਰ ਗਿਆ। ਸਤਿਗੁਰਾਂ ਨੇ ਏਕਾ ਲਾ ਕੇ ਆਖਿਆ ਪਰਮੇਸ਼ਰ ਇੱਕ ਹੈ ਅਤੇ ਉਸ ਦੀ ਪ੍ਰਾਪਤੀ ਗੁਰੂ ਬਖਸ਼ਿਸ਼ ਨਾਲ ਹੁੰਦੀ ਹੈ। ਜਿਸ ਨਾਮ ਹਿਰਦੈ ਸੋਈ ਵਡ ਰਾਜਾ। ਮਹਾਰਾਜ ਕਹਿਣ ਲੱਗੇ ਭਾਈ ਜਿਸਦੇ ਹਿਰਦੇ ਵਿੱਚ ਨਾਮ ਹੈ ਨਾ ਵਸਿਆ ਹੋਇਆ ਉਹ ਰਾਜਾ ਹੈ। ਕਿਸ ਤਰ੍ਹਾਂ ਦਾ ਰਾਜਾ? ਵੱਡਾ ਰਾਜਾ ਹੈ, ਬਲਕਿ ਇਸ ਤਰ੍ਹਾਂ ਦਾ ਰਾਜਾ ਹੈ ਵੀ ਰਾਜਿਆਂ ਨੂੰ ਰਾਜ ਬਖਸ਼ਿਸ਼ ਕਰ ਦਿੰਦਾ ਹੈ। ਜਿਸਦੇ ਕੋਲ ਨਾਮ ਦੀ ਦਾਤ ਹੈ, ਨਾਮ ਐਸੀ ਵੱਡੀ ਦਾਤ ਹੈ, ਜਿਹਦੇ ਕੋਲ ਨਾਮ ਹੈ ਉਹ ਵੱਡਿਆਂ ਤੋਂ ਵੱਡਾ ਰਾਜਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ, ਖਡੂਰ ਸਾਹਿਬ ਦੀ ਧਰਤੀ ਮਾਲਾ ਅਖਾੜਾ ਗੁਰਦੁਆਰਾ ਸਾਹਿਬ ਬਣਿਆ ਨਾ, ਆਪ ਸੰਗਤਾਂ ਦਰਸ਼ਨ ਕੀਤੇ ਹੋਣ। ਇੱਥੇ ਮਹਾਰਾਜ ਸਾਹਿਬ ਜੀ ਕੁਝ ਬੱਚਿਆਂ ਨੂੰ ਪੜ੍ਹਾਉਂਦੇ ਪਏ ਅਤੇ ਕੁਝ ਬੱਚੇ ਕੁਸ਼ਤੀ ਕਰਦੇ ਪਏ। ਦੁਪਹਿਰ ਤੋਂ ਬਾਅਦ ਦਾ ਸਮਾਂ ਸ਼ਾਮ ਪੈਂਦੀ ਪਈ ਹੈ। ਇੰਨੇ ਚਿਰ ਨੂੰ ਹਮਾਯੂੰ ਬਾਦਸ਼ਾਹ ਜਿਹੜਾ ਦਿੱਲੀ ਦਾ ਤਖ਼ਤ ਹਾਰ ਕੇ ਅਤੇ ਦੌੜਿਆ ਅਤੇ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਇਹ ਪੁੱਛਣ ਵਾਸਤੇ
ਕਿ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਪੁਸ਼ਤ ਦਰ ਪੁਸ਼ਤ ਰਾਜ ਰਹੇਗਾ ਪੀੜ੍ਹੀ ਦਰ ਪੀੜ੍ਹੀ। ਅਤੇ ਮਹਾਰਾਜ ਬਾਬਰ ਤੋਂ ਬਾਅਦ ਮੈਂ ਤਾਂ ਦੂਜਾ ਹੀ ਹਾਂ ਅਜੇ, ਤਾਂ ਰਾਜ ਤਾਂ ਖਤਮ ਹੋ ਗਿਆ। ਅਤੇ ਸਤਿਗੁਰਾਂ ਨੇ ਵੇਖਿਆ ਵੀ ਹਾਰ ਕੇ ਆਇਆ ਹੈ, ਮੈਦਾਨ ਦੇ ਵਿੱਚੋਂ ਭੱਜ ਕੇ ਆਇਆ ਮਹਾਰਾਜ, ਬੱਚਿਆਂ ਦੇ ਪਰਚਾਵੇ ਵਿੱਚ ਲੱਗੇ ਰਹਿ। ਅਤੇ ਹਿਮਾਯੂ ਦਾ ਮਨ ਇਹ ਕਹਿੰਦਾ ਪਿਆ ਵੀ ਜੇ ਸਤਿਗੁਰੂ ਮੇਰੇ ਵੱਲ ਵੇਖਣਗੇ ਤਾਂ ਮੈਂ ਨਮਸਕਾਰ ਕਰਾਂਗਾ। ਅਤੇ ਪਾਤਸ਼ਾਹ ਨੇ ਵੇਖਿਆ ਨਹੀਂ ਇਹਦੇ ਵੱਲ, ਤਾਂ ਇਹਦੇ ਮਨ ਵਿੱਚ ਗੁੱਸਾ ਆ ਗਿਆ ਅਤੇ ਤਲਵਾਰ ਦੇ ਮੁੱਠੇ ਨੂੰ ਹੱਥ ਪਾ ਲਿਆ। ਤਲਵਾਰ ਤਾਂ ਬਾਹਰ ਨਹੀਂ ਨਿਕਲੀ ਹੈ, ਹੱਥ ਤਲਵਾਰ ਦੇ ਨਾਲ ਹੀ ਰਹਿ ਗਿਆ। ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਵੇਖ ਕੇ ਆਖਿਆ, ਕਹਿਣ ਲੱਗੇ ਹਿਮਾਯੂ ਜਿੱਥੇ ਤਲਵਾਰ ਖਿੱਚਣੀ ਸੀ ਚਲਾਉਣੀ ਸੀ ਉੱਥੇ ਚਲਾਈ ਨਹੀਂ, ਭੱਜ ਕੇ ਆ ਗਿਆ। ਸਾਧੂਆਂ ਦੇ ਉੱਪਰ ਤਾਕਤ ਵਿਖਾਉਂਦਾ, ਜੇ ਹੱਥ ਨਾਲ ਹੀ ਜੁੜਿਆ ਰਹੇ ਤਾਂ ਇੱਥੇ ਹੀ ਮਰ ਜਾਵੇ ਤਾਂ ਫਿਰ ਕੀ ਕਰੇਗਾ। ਫਿਰ ਸਮਝ ਆਈ, ਸ਼ਰਣੀ ਪੈ ਗਿਆ, ਮਹਾਰਾਜ ਮਾਫ਼ ਕਰ ਦਿਓ, ਗੁਨਾਹ ਹੋਇਆ, ਆਪ ਰਾਜ ਭਾਗ ਬਖਸ਼ੋ। ਵੱਡੇ ਸਤਿਗੁਰਾਂ ਦਾ ਬਚਨ ਸੀ ਵੀ ਪੀੜ੍ਹੀ ਦਰ ਪੀੜ੍ਹੀ ਰਾਜ ਰਹੇਗਾ। ਮਹਾਰਾਜ ਕਹਿੰਦੇ ਰਾਜ ਤਾਂ ਹੁਣੇ ਦੇ ਦਿੰਦੇ, ਪਰ ਤੂੰ ਆ ਕੇ ਗੁਨਾਹ ਕਰ ਲਿਆ, ਸ਼ੰਕਾ ਕਰ ਲਿਆ, ਜਾ ਹੁਣ ਖੁਰਾਸਾਨ ਨੂੰ ਚਲੇ ਜਾ, ਫੌਜਾਂ ਇਕੱਠੀਆਂ ਕਰ, ਦੁਬਾਰਾ ਜੰਗ ਕਰੇਗਾ ਤਾਂ ਰਾਜ ਮਿਲੇਗਾ। 12 ਸਾਲ ਲੱਗ ਗਏ ਹਿਮਾਯੂ ਬਾਦਸ਼ਾਹ ਨੂੰ ਫੌਜਾਂ ਇਕੱਠੀਆਂ ਕਰਦਿਆਂ, ਜਾ ਕੇ ਹੁਣੇ ਰਾਜ ਮਿਲ ਜਾਣਾ ਸੀ ਮਹਾਰਾਜ ਦੇ ਕੋਲੋਂ, ਪਰ ਇੱਕ ਨਿੱਕੀ ਜਿਹੀ ਗਲਤੀ ਨੇ ਜਾਂ ਮਨ ਦੇ ਹੰਕਾਰ ਨੇ 12 ਸਾਲ ਦਾ ਫਰਕ ਪਾ ਦਿੱਤਾ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਕੋਲ ਆ ਕੇ ਕਾਹਲੀ ਨਾ ਕਰਿਆ ਕਰ, ਆਪਾਂ ਵੀ ਬੜੀ ਕਾਹਲੀ ਕਰਦੇ, ਲੈਣ ਤੋੜ ਕੇ ਅੱਗੇ ਆਈਦਾ, ਛੇਤੀ ਨਾਲ ਮੈਨੂੰ ਪਹਿਲਾਂ ਮਿਲੇ ਜੋ ਕੁਝ ਮਿਲਣਾ ਹੈ। ਇਹੋ ਹੀ ਕਾਹਲੀ ਹਿਮਾਯੂ ਨੇ ਕੀਤੀ ਹੈ ਵੀ ਛੇਤੀ ਮਹਾਰਾਜ ਮੇਰੇ ਵੱਲ ਵੇਖਣ, ਮੈਂ ਛੇਤੀ ਮੱਥਾ ਟੇਕਾਂ, ਛੇਤੀ ਨਾਲ ਮੈਨੂੰ ਵਰ ਮਿਲੇ ਅਤੇ ਮੈਂ ਲੈ ਕੇ ਜਾਵਾਂ। ਕਾਹਲੀ ਕਰਦਿਆਂ ਕਰਦਿਆਂ 12 ਸਾਲ ਦੇ ਸਮੇਂ ਦੇ ਪਿੱਛੇ ਜਾ ਪੈ ਗਿਆ। ਮਹਾਰਾਜ ਕਹਿੰਦੇ ਗੁਰੂ ਕੋਲ ਆ ਕੇ ਇਸ ਤਰ੍ਹਾਂ ਦੀ ਚੁਸਤੀ ਚਲਾਕੀ ਨਹੀਂ, ਨਿਮਰਤਾ ਨਾਲ ਆਵੇਂਗਾ ਅਤੇ ਝੋਲੀ ਭਰ ਜਾਣੀ ਹੈ। ਜਿਸ ਨਾਮ ਮਿਰਦਾ ਸੋਈ ਵੱਡ ਰਾਜਾ, ਜਿਹਦੇ ਕੋਲ ਨਾਮ ਹੁੰਦਾ ਹੈ ਉਹ ਰਾਜਿਆਂ ਤੋਂ ਵੀ ਵੱਡਾ ਰਾਜਾ, ਬਲਕਿ ਰਾਜਿਆਂ ਨੂੰ ਵੀ ਰਾਜ ਦੇਣ ਵਾਲਾ ਹੈ। ਜਿਸ ਨਾਮ ਮਿਰਦਾ ਤਿਸ ਪੂਰੇ ਕਾਜਾ, ਗੁਰਮੁਖੋ ਜਿਹਦੇ ਕੋਲ ਨਾਮ ਹੈ ਨਾ ਉਹਦਾ ਕੰਮ ਕੋਈ ਅਧੂਰਾ ਰਹਿੰਦਾ ਹੀ ਨਹੀਂ। ਵੈਸੇ ਤਾਂ ਮਹਾਰਾਜ ਦੀ ਬਾਣੀ ਦਾ ਬਚਨ ਹੈ ਵੀ ਕਿੰਨੀ ਨਾ ਕੀਏ ਮਾਇਆ ਕਾਜ ਪੂਰੇ, ਜਿੰਨੀ ਮਰਜ਼ੀ ਦੁਨੀਆ ਦੀ ਦੌਲਤ ਲੈ ਕੇ ਜੇਬ 'ਚ ਪਾ ਲਓ ਅਤੇ ਮਾਇਆ ਕਿਸੇ ਦਾ ਕੰਮ ਪੂਰਾ ਨਹੀਂ ਕਰਦੀ ਹੈ। ਡਾਕਟਰਾਂ ਦੇ ਕੋਲ ਮਾਇਆ ਦਾ ਢੇਰ ਲਾ ਕੇ ਆਖੋ ਨਾ ਵੀ ਇਹਨੂੰ ਬਚਾ ਦਿਓ, ਕਹਿਣਗੇ ਵੀ ਯਤਨ ਕਰ ਸਕਦੇ ਹਾਂ ਪਰ ਪੱਕੀ ਗਰੰਟੀ ਕੋਈ ਨਹੀਂ ਬਚਾ ਲਵਾਂਗੇ। ਕਿਸੇ ਦੀ ਜ਼ਿੰਦਗੀ ਬਚਾਉਣੀ ਹੈ ਅਤੇ ਕਹਿਣ ਲੱਗੇ ਮਾਇਆ ਜ਼ਿੰਦਗੀ ਨਹੀਂ ਬਚਾ ਸਕੇ, ਹੋ ਸਕਦਾ ਵੀ ਉੱਥੇ ਮੌਤ ਹੀ ਪ੍ਰਾਪਤ ਹੋ ਜਾਵੇ, ਪਰ ਜਿਹਦੇ ਕੋਲ ਨਾਮ ਦਾ ਖਜ਼ਾਨਾ ਨਾ ਭਾਈ ਉਹਦਾ ਕੰਮ ਕੋਈ ਅਧੂਰਾ ਰਹਿੰਦਾ ਹੀ ਨਹੀਂ। ਉਹਦੇ ਮੁੱਖ ਦਾ ਵਚਨ ਹੀ ਬੜਾ ਬਥੇਰਾ ਹੈ, ਵੱਡਾ ਵਚਨ ਹੈ। ਜਿਸ ਨਾਮ ਰਹਿੰਦੇ ਤਿਸ ਪੂਰੇ ਕਾਜਾ, ਜਿਹਦੇ ਕੋਲ ਨਾਮ ਹੈ ਉਹਦਾ ਕਹਿ ਲਈਏ ਵੀ ਕਾਰਜ ਸਾਰੇ ਪੂਰੇ ਹੋ ਜਾਂਦੇ, ਕੋਈ ਅਧੂਰਾ ਨਹੀਂ ਰਹਿੰਦਾ ਹੈ। ਜਿਸ ਨਾਮ ਰਿਦਾ ਤਿੰਨ ਕੋਟ ਧਨ ਪਾਏ, ਗੁਰਮੁਖੋ ਨਾਮ ਏਡੀ ਵੱਡੀ ਦਾਤ ਹੈ, ਜਿਹੜੇ ਪਾ ਲੈਂਦੇ ਕਰੋੜਾਂ ਧਨ ਉਹਨਾਂ ਦੀ ਜੇਬ ਦੇ ਵਿੱਚ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਬੀਬੀ ਭਾਨੀ ਜੀਆਂ ਨੇ ਬੇਨਤੀ ਕੀਤੀ, ਕਹਿਣ ਲੱਗੀ ਪਿਤਾ ਸਤਿਗੁਰੂ ਜੀ ਮੇਰੇ ਸ਼ਰੀਕ ਮੈਨੂੰ ਮਿਹਣਾ ਮਾਰਦੇ ਨੇ, ਮੇਰੇ ਕੋਲ ਧਨ ਪਦਾਰਥ ਕੋਈ ਨਹੀਂ ਹੈ, ਆਪ ਕਿਰਪਾ ਕਰੋ। ਗੁਰੂ ਅਮਰਦਾਸ ਮਹਾਰਾਜ ਨੇ ਬਚਨ ਸੁਣਿਆ ਬੀਬੀ ਭਾਨੀ ਜੀ ਦਾ, ਕਹਿੰਦੇ ਕੋਲ ਇੱਕ ਪੱਥਰ ਪਿਆ ਸੀਗਾ ਅਤੇ ਸਤਿਗੁਰੂ ਕਹਿਣ ਲੱਗੇ ਵੀ ਆਹ ਪੱਥਰ ਜੇ ਸੋਨੇ ਦਾ ਬਣਾ ਦਈਏ ਤਾਂ ਸਰ ਜਾਏਗਾ ਇਹਦੇ ਨਾਲ।
ਹੱਥ ਜੋੜ ਕੇ ਆਖਿਆ, ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਹੋਵੇ। ਗੁਰੂ ਅਮਰਦਾਸ ਪਾਤਸ਼ਾਹ ਨੇ ਪੱਥਰ ਵੱਲ ਵੇਖਿਆ ਤੇ ਸੋਨੇ ਦਾ ਬਣਿਆ। ਮਹਾਰਾਜ ਕਹਿੰਦੇ, ਜਾਓ ਇਹ ਪੱਥਰ ਲੈ ਜਾਓ, ਜਿੰਨੀ ਲੋੜ ਹੈ ਵਰਤ ਲਓ, ਮੁਕੇਗਾ ਹੀ ਨਹੀਂ। ਇਹ ਨਾਮ ਦੀ ਮਹਿਮਾ। ਪਾਤਸ਼ਾਹ ਕਹਿਣ ਲੱਗੇ, ਵਜਨ ਇਹ ਹੈ, ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ। ਜਿਹਦੇ ਕੋਲ ਨਾਮ ਹੈ ਉਹਨੇ ਸੰਸਾਰੀ ਕਰੋੜਾਂ ਹੀ ਧਨ ਪ੍ਰਾਪਤ ਕਰ ਲਿਆ, ਬਲਕਿ ਧਨ ਤੇ ਉਹਦੇ ਪਿੱਛੇ ਪਿੱਛੇ ਦੌੜਿਆ ਫਿਰਦਾ, ਮਗਰ ਮਗਰ ਭੱਜਿਆ ਫਿਰਦਾ। ਐਸੀ ਦਾਤ ਪਾਉਂਦੇ ਹਨ, ਨਾ ਬਿਨਾ ਜਨਮ ਬਿਠਾ ਜਾਏ। ਜਾਂ ਇਸ ਤਰ੍ਹਾਂ ਕਹਿ ਲਈਏ, ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ, ਉਹਨੇ ਕਰੋੜਾਂ ਹੀ ਪਦਾਰਥ ਪਾ ਲੈ। ਜਿਸ ਦੇ ਕੋਲ ਨਾਮ ਦੀ ਦਾਤ, ਨਾਮ ਏਡੀ ਵੱਡੀ ਮਹਿਮਾ ਹੈ। ਨਾ ਬਿਨਾ ਜਨਮ ਬਿਠਾ ਜਾਏ। ਜੇ ਨਾਮ ਨਹੀਂ ਨਾ ਜਪਦੇ, ਆਪਾਂ ਵੀ ਨਹੀਂ ਜਪਦੇ। ਆਪਾਂ ਤੇ ਅਰਦਾਸ ਦੇ ਵਿੱਚ ਕਹਿ ਦਈਏ ਨਾ, ਬੋਲੋ ਜੀ ਵਾਹਿਗੁਰੂ, ਸਾਡੀ ਤੇ ਉਹ ਨਹੀਂ ਆਵਾਜ਼ ਨਿਕਲਦੀ। ਉੱਥੇ ਅਸੀਂ ਉੱਥੇ ਥੱਕ ਜਾਈਦਾ ਵੀ ਵਾਹਿਗੁਰੂ ਕਹਿਣਾ ਪਵੇਗਾ। ਪਹਿਲਾਂ ਚਾਹ ਦਾ ਪਿਆਲਾ ਨਾ ਪੀ ਲਈਏ, ਫਿਰ ਹੀ ਕੋਈ ਕਵਾਂਗੇ, ਕਿਹਾ ਹੀ ਨਹੀਂ ਜਾਂਦਾ ਸਾਡੇ। ਨਾਮ ਨਹੀਂ ਜਪਿਆ ਜਾਂਦਾ। ਮਹਾਰਾਜ ਕਹਿੰਦੇ, ਨਾਮ ਜਪ, ਤੇਰਾ ਭਲਾ ਇਹਨੇ ਹੀ ਕਰਨਾ। ਅਤੇ ਸਾਨੂੰ ਤਾਂ ਜੇ ਨੀਂਦ ਨਾ ਆਉਂਦੀ ਹੋਵੇ ਤਾਂ ਅਸੀਂ ਤਾਂ ਨਾਮ ਨੂੰ ਨੀਂਦ ਦੀ ਗੋਲੀ ਸਮਝਿਆ ਵੀ ਥੋੜ੍ਹਾ ਜਿਹਾ ਕਰੀਏ, ਵਾਹਿਗੁਰੂ ਵਾਹਿਗੁਰੂ, ਚਲੋ ਨੀਂਦ ਹੀ ਆ ਜਾਏ। ਮਹਾਰਾਜ ਕਹਿੰਦੇ, ਭਾਈ ਪਿਆਰਿਆ, ਇਹ ਨਾਮ ਤੋਂ ਬਿਨਾਂ ਜਨਮ ਤੇਰਾ ਵਿਅਰਥ ਤੁਰਿਆ ਜਾਂਦਾ, ਖਾਲੀ ਤੁਰਿਆ ਜਾਂਦਾ। ਅਵਰ ਕਾਜ ਤੇਰਾ ਕਿਤੇ, ਦੁਨੀਆਂ ਦੇ ਕੰਮ ਪਰਲੋਕ ਦੇ ਵਿੱਚ ਕਿਸੇ ਕੰਮ ਆਉਣੇ ਹੀ ਨਹੀਂ। ਇਸ ਕਰਕੇ ਜਨਮ ਵਿਅਰਥ ਚੱਲਿਆ ਜਾ ਰਿਹਾ ਹੈ। ਜਨਮ ਬਿਰਥਾ ਜਾਤ ਰੰਗ ਮਾਇਆ ਕਹਿ, ਇਹ ਮਾਇਆ ਦੇ ਰੰਗ ਨੇ ਭਾਈ, ਕਿ ਜਨਮ ਵਿਅਰਥ ਤੁਰਿਆ ਜਾਂਦਾ, ਪਤਾ ਫਿਰ ਵੀ ਨਹੀਂ ਲੱਗਦਾ। ਇਹ ਮਾਇਆ ਦਾ ਪ੍ਰਭਾਵ ਹੀ ਹੈ ਨਾ। ਸਾਨੂੰ ਪਤਾ ਕਿ ਮੈਂ ਅੱਜ 30 ਸਾਲ ਦਾ ਹੋ ਗਿਆ, ਮੈਂ 70 ਸਾਲ ਦਾ ਹੋ ਗਿਆ, ਅਤੇ ਇਹ ਵੀ ਪਤਾ ਵੀ ਮੈਂ ਇੰਨਾ ਕੁਝ ਕਮਾਇਆ ਅਤੇ ਇੰਨਾ ਕੁਝ ਖਰਚਿਆ, ਨਾਲ ਮੇਰੇ ਕੁਝ ਨਹੀਂ ਜਾਣਾ। ਪਰ ਮਾਇਆ ਦਾ ਰੰਗ ਹੀ ਇਹੋ ਜਿਹਾ ਵੀ ਛੱਡਣਾ ਕੋਈ ਵੀ ਨਹੀਂ ਚਾਹੁੰਦਾ। ਜਨਮ ਬਿਰਥਾ ਜਾਤ, ਜਨਮ ਵਿਅਰਥ ਤੁਰਿਆ ਜਾ ਰਿਹਾ। ਕਿਉਂ? ਰੰਗ ਮਾਇਆ, ਕਿ ਮਾਇਆ ਦੇ ਰੰਗ ਨੇ, ਮਾਇਆ ਦੇ ਸਵਾਦ ਬਣੇ ਹੋਏ। ਫਰਮਾਉਂਦੇ ਹਨ, ਨਾਮ ਬਿਨਾਂ ਜਨਮ ਬਿਰਥਾ ਜਾਏ। ਨਾਮ ਨਹੀਂ ਜਪਿਆ ਤੇ ਜਨਮ ਵਿਅਰਥ ਤੁਰਿਆ ਜਾ ਰਿਹਾ, ਕਿਸੇ ਕੰਮ ਨਹੀਂ ਆਉਂਦਾ ਹੈ। ਮਹਾਰਾਜ ਕਹਿੰਦੇ, ਭਾਈ ਉਸ ਦੀ ਸ਼ਲਾਘਾ ਕਰੀਏ ਜਿਸ ਦੇ ਕੋਲ ਹਰੀ ਦਾ ਧਨ ਹੈ, ਰਾਸ ਕਹੀਏ ਪੂੰਜੀ ਹੈ। ਜਿਹੜਾ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਆਇਆ, ਜਿਹੜਾ ਸਵੇਰੇ ਉੱਠ ਕੇ 5 ਬਾਣੀਆਂ ਪੜ੍ਹ ਕੇ ਆਇਆ, ਜਿਸ ਨੇ ਇਸ਼ਨਾਨ ਕੀਤਾ ਅਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ, ਇਹ ਧਨ ਹੀ ਹੈ ਨਾ ਜਿਹੜਾ ਕਮਾਈ ਕਰਕੇ ਲਿਆ। ਅਤੇ ਸਾਡਾ ਤਾਂ ਸੁਭਾਅ ਇਹ ਬਣਿਆ ਵੀ ਜਿਹੜੇ ਰਾਤ ਨੂੰ ਕੱਪੜੇ ਪਾਏ ਉਹੀ ਪਾ ਕੇ ਗੁਰਦੁਆਰੇ ਚਲੇ ਜਾਓ, ਨਹਾਲਾਂਗੇ ਦੁਪਹਿਰੇ ਪੋਚਾ ਲਾ ਕੇ ਕੰਮ ਕਰਕੇ। ਗੁਰੂ ਦੇ ਕੋਲ ਆਇਆ ਅਤੇ ਬਦਬੂ ਲੈ ਕੇ ਆਇਆ, ਗੰਦਾ ਹੀ ਬਣ ਕੇ ਆਇਆ ਗੁਰੂ ਦੇ ਕੋਲ। ਪਾਤਸ਼ਾਹ ਕਹਿਣ ਲੱਗੇ, ਬਚਨ ਇਹ ਹੈ, ਗੁਰੂ ਦੇ ਕੋਲ ਆਉਂਦਾ, ਇੱਥੇ ਆ ਕੇ ਨਾਮ ਦਾ ਧਨ ਇਕੱਠਾ ਕਰਕੇ ਲਿਆ, ਕਿੰਨਾ ਨਿਤਨੇਮ ਕੀਤਾ, ਕਿੰਨਾ ਸਿਮਰਨ ਕੀਤਾ, ਇਹ ਗੁਰੂ ਨੂੰ ਦੱਸ। ਆ ਕੇ ਟੀਚਰ ਦੇ ਕੋਲ, ਮਾਸਟਰ ਕੋਲ ਆਈਦਾ, ਉਹਨਾਂ ਨੂੰ ਦੱਸਣਾ ਪੈਂਦਾ ਵੀ ਇੰਨਾ ਘਰੋਂ ਕੰਮ ਕਰਕੇ ਆਇਆ। ਅਸੀਂ ਗੁਰੂ ਕੋਲ ਆਉਂਦੇ ਹਾਂ, ਮਹਾਰਾਜ ਖਾਲੀ ਆਇਆ, ਅਤੇ ਖਾਲੀ ਤੁਹਾਡੇ ਕੋਲੋਂ ਇੱਥੋਂ ਵੀ ਖਾਲੀ ਤੁਰ ਗਿਆ, ਲੈ ਕੇ ਇੱਥੋਂ ਵੀ ਕੁਝ ਨਹੀਂ ਗਿਆ। ਗੁਰੂ ਦੇ ਕੋਲ ਆਉਣ ਲੱਗਿਆਂ ਦੇ ਜੱਗ ਪਾਣੀ ਦਾ ਪਿੰਡੇ 'ਤੇ ਪਾ ਲਵੇਗਾ ਅਤੇ ਪਿੰਡਾ ਕਿਹੜਾ ਘਰ ਚੱਲਿਆ। ਉਹ ਕੱਪੜੇ, ਉਹ ਬਸਤਰ ਪਾ ਕੇ ਆ ਜਿਹੜੇ ਸਾਫ਼ ਹੋਣ, ਅਤੇ ਗੁਰੂ ਕੋਲ ਬੈਠੇਗਾ ਅਤੇ ਬਾਣੀ ਸੁਣਨ ਦਾ, ਪੜ੍ਹਨ ਦਾ ਆਨੰਦ ਆਵੇਗਾ। ਸੁੱਤਾ ਹੀ ਉੱਠ ਕੇ ਆ ਕੇ ਬੈਠ ਗਿਆ ਅਤੇ ਨੀਂਦ 'ਤੇ ਫਿਰ ਆਵੇਗੀ ਨਾ। ਤੇ ਮਹਾਰਾਜ ਕਹਿਣ ਲੱਗੇ, ਭਾਈ ਜਿਸ ਨੇ ਨਾਮ ਨੂੰ ਸਲਾਹਿਆ,
ਉਸਨੇ ਕਰੋੜਾਂ ਹੀ ਧਨ ਪ੍ਰਾਪਤ ਕਰ ਲਏ ਹਨ। ਕਰੋੜਾਂ ਧਨਾਂ ਦਾ ਮੁੱਢ ਹੈ ਪਰਮੇਸ਼ਰ ਦਾ ਨਾਮ ਪਾਲਿਆ ਹੈ। ਸੋ ਵਡਭਾਗੀ ਜਿਸ ਗੁਰਮਸਤਕ ਹਾਥ। ਵੱਡਿਆਂ ਭਾਗਾਂ ਵਾਲਾ ਕੌਣ ਹੈ? ਵੱਡਿਆਂ ਭਾਗਾਂ ਵਾਲਾ ਉਹ ਹੈ ਜਿਹਦੇ ਸਿਰ ਦੇ ਉੱਪਰ ਗੁਰੂ ਦਾ ਹੱਥ ਹੈ, ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਕੇ, ਉਹ ਹੈ ਵੱਡਿਆਂ ਭਾਗਾਂ ਵਾਲਾ। ਧੰਨ ਬਾਬਾ ਨਿਧਾਨ ਸਿੰਘ ਜੀ ਮਹਾਂਪੁਰਖ ਹਜ਼ੂਰ ਸਾਹਿਬ ਦੀ ਧਰਤੀ 'ਤੇ ਸੇਵਾ ਕਰਦੇ ਨੇ ਅਤੇ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਹੋਏ। ਕਹਿਣ ਲੱਗੇ ਮਹਾਂਪੁਰਖੋ ਆਪ ਇੱਥੇ ਸੇਵਾ ਕਰੋ, ਲੰਗਰ ਪ੍ਰਸ਼ਾਦੇ ਦੇ, ਤੁਹਾਡੇ ਸੀਸ 'ਤੇ ਸਾਡਾ ਹੱਥ ਹੋਵੇਗਾ, ਖੀਸਾ ਮੇਰਾ ਹੱਥ ਤੇਰਾ ਦਾ ਵਚਨ ਕੀਤਾ ਵੀ ਹੱਥ ਤੁਹਾਡਾ ਵਰਤੀ ਚੱਲਿਓ, ਜੇਬ ਸਾਡੀ ਹੋਵੇਗੀ, ਜਿੰਨਾ ਮਰਜ਼ੀ ਕੱਢੀ ਚੱਲੇ। ਸੋ ਵਡਭਾਗੀ ਉਹ ਵੱਡਿਆਂ ਭਾਗਾਂ ਵਾਲਾ ਗੁਰਮੁਖ ਹੈ ਜਿਸ ਦੇ ਮੱਥੇ ਜਾਂ ਕਹੀਏ ਸਿਰ ਦੇ ਉੱਪਰ ਗੁਰੂ ਦਾ ਹੱਥ ਹੈ, ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਕੇ, ਜਿਹਦੇ ਸਿਰ 'ਤੇ ਗੁਰੂ ਖੜ ਗਿਆ ਤਾਂ ਫਿਰ ਉਹਦੇ ਕੰਮ ਅਧੂਰੇ ਨਹੀਂ ਨਾ ਰਹਿ ਸਕਦੇ। ਅਤੇ ਆਪ ਜਾਂਦੇ ਹਜ਼ੂਰ ਸਾਹਿਬ, ਵੇਖੋ ਕਿੰਨੇ ਕਮਰੇ ਬਣੇ, ਕਿੰਨੀਆਂ ਸਰਾਵਾਂ ਬਣੀਆਂ, ਕਿੰਨੇ ਏਸੀ ਚੱਲਦੇ ਪਏ, ਤਰ੍ਹਾਂ ਤਰ੍ਹਾਂ ਦੇ ਭੋਜਨ ਬਣਦੇ ਪਏ, ਬੇਅੰਤ ਸੰਗਤਾਂ ਛਕਦੀਆਂ, ਗਿਣਤੀ ਮਿਣਤੀ ਕੋਈ ਨਹੀਂ। ਅਤੇ ਕਦੇ ਕਿਸੇ ਨੇ ਆਖਿਆ ਵੀ ਉੱਥੇ ਲੰਗਰ ਮੁੱਕ ਗਿਆ ਜਾਂ ਸਾਨੂੰ ਕੋਈ ਕਮਰਾ ਨਹੀਂ ਮਿਲਿਆ ਜਾਂ ਸਾਨੂੰ ਆਹ ਸਹੂਲਤ ਨਹੀਂ ਮਿਲੀ? ਬੇਅੰਤ ਹੀ ਬੇਅੰਤ ਸਭ ਕੁਝ ਹੈ ਉੱਥੇ, ਮਹਾਰਾਜ ਆਪੇ ਹੀ ਵਰਤਦੇ ਪਏ, ਆਪ ਹੀ ਕਿਰਪਾ ਕਰਦੇ ਪਏ, ਐਸੀ ਬਖਸ਼ਿਸ਼ ਕਰਦੇ ਹਨ। ਜਿਸ ਨਾਮ ਰਿਤੈ ਤਿਸ ਕੋਟ ਕਈ ਸੈਨਾ। ਮਹਾਰਾਜ ਕਹਿਣ ਲੱਗੇ ਭਾਈ ਜਿਸਨੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲਿਆ ਹੈ ਅਤੇ ਉਹਦੇ ਕੋਲ ਕਰੋੜਾਂ ਸੈਨਾ ਦਾ ਬਲ ਹੈ, ਕਰੋੜਾਂ ਫੌਜਾਂ ਦਾ ਬਲ ਉਸਨੂੰ ਪ੍ਰਾਪਤ ਹੋਇਆ ਹੈ। ਕਿਸ ਨੂੰ ਪ੍ਰਾਪਤ ਹੋਇਆ? ਕਹਿੰਦੇ ਜਿਸ ਦੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਹੈ। ਜਿਸ ਨਾਮ ਹਿਰਦੈ ਤਿਸ ਸਹਿਜ ਸੁਖੈਨਾ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਜਿਹਦੇ ਕੋਲ ਨਾਮ ਹੈ ਨਾ ਉਹਨੇ ਉਹਦੇ ਕੋਲ ਕਰੋੜਾਂ ਫੌਜਾਂ ਦਾ ਬਲ ਉਹਦੇ ਅੰਦਰ ਹੀ ਹੈ। ਗੁਰਮੁਖੋ ਪਰਸ਼ੂਰਾਮ ਨਾਮ ਦਾ ਇੱਕ ਵਿਅਕਤੀ ਹੋਇਆ, ਅਵਤਾਰ ਹੋਇਆ ਪਹਿਲੇ ਸਮੇਂ, ਇਹਦੇ ਪਿਤਾ ਨੂੰ ਜਮਦਗਨੀ ਨਾਮ ਦੇ ਇੱਕ ਰਾਜੇ ਨੇ ਮਾਰ ਦਿੱਤਾ, ਜਮਦਗਨੀ ਰਿਖੀ ਨੂੰ ਮਾਰ ਦਿੱਤਾ ਗਿਆ ਸੀ ਸਹੰਸਰ ਬਾਹੂ ਦੇ ਵੱਲੋਂ। ਅਤੇ ਉਸ ਵੇਲੇ ਪਰਸ਼ੂਰਾਮ ਜੀ ਨੇ ਆਖਿਆ ਸੀ ਵੀ ਮੈਂ ਇਹਨਾਂ ਦਾ ਰਾਜ ਖਤਮ ਕਰਾਂਗਾ, ਮੈਨੂੰ ਫੌਜ ਦੀ ਲੋੜ ਨਹੀਂ ਹੈ। ਉਹਨਾਂ ਨੇ ਤਪ ਹੀ ਇੰਨਾ ਕੀਤਾ, ਬੰਦਗੀ ਇੰਨੀ ਕੀਤੀ, ਤਾਕਤਵਰ ਹੀ ਇੰਨੇ ਹੋ ਗਿਆ ਕਿ ਇਕੱਲੇ ਹੀ ਸਾਰੀ ਫੌਜ ਨਾਲ ਲੜ ਪੈਂਦੇ ਅਤੇ ਫੌਜਾਂ ਨੂੰ ਮਾਰ ਕੇ ਰਾਜਿਆਂ ਨੂੰ ਮਾਰ ਕੇ ਭਜਾ ਦਿੰਦੇ, ਆਪਣੇ ਘੁਆੜੇ ਨਾਲ ਹੀ ਵੱਢ ਦਿੰਦੇ। ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਨੇ ਤਪ ਕੀਤਾ, ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਦੇ ਅੰਦਰ ਕਰੋੜਾਂ ਫੌਜਾਂ ਦਾ ਬਲ ਇਕੱਲੇ ਵਿੱਚ ਹੀ ਆ ਜਾਂਦਾ ਹੈ, ਜੋ ਚਾਹੁਣ ਉਹ ਕਰ ਸਕਦੇ ਹਨ। ਜਿਸ ਨਾਮ ਹਿਰਦੈ ਤਿਸ ਸਹਿਜ ਸੁਖੈਨਾ। ਜਿਸ ਨਾਮ ਹਿਰਦੈ ਤਿਸ ਕਈ ਕੋਟ ਸੈਨਾ, ਜਿਹਦੇ ਕੋਲ ਨਾਮ ਹੈ ਨਾ ਉਹ ਵੱਡੀ ਫੌਜ ਨਾਲ ਜੰਗ ਲੜਨ ਦੀ ਸਮਰੱਥਾ ਰੱਖਦਾ ਹੈ, ਜਿਵੇਂ ਧੰਨ ਬਾਬਾ ਅਜੀਤ ਸਿੰਘ ਦੀ ਚਮਕੌਰ ਦੀ ਗੜੀ ਵਿੱਚੋਂ ਜਾਣ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਦਾ ਥਾਪੜਾ ਲੈਂਦੇ ਪਏ ਅਤੇ ਇਕੱਲਿਆਂ ਨੇ ਲੱਖਾਂ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਵੀਰਗਤੀ ਨੂੰ ਪ੍ਰਾਪਤ ਹੋਏ। ਕਹਿੰਦੇ ਇਸ ਤਰ੍ਹਾਂ ਭਾਈ ਨਾਮ ਜਪਣ ਵਾਲਿਆਂ ਦੇ ਅੰਦਰ ਐਸਾ ਬਲ ਹੈ। ਜਿਸ ਨਾਮ ਹਿਰਦੈ ਤੇ ਸਹਿਜ ਸੁਖੈਨਾ। ਜਿਸ ਦੇ ਅੰਦਰ ਨਾਮ ਹੈ ਉਹ ਸਹਿਜ ਕਹੀਏ ਸੁਭਾਵਕ ਹੀ, ਨਿਰਯਤਨ ਹੀ ਸੁਖਾਂ ਦੇ ਸਹਿਤ, ਆਪਾਂ ਦੇ ਸੁੱਖ ਲੱਭਦੇ ਰਹਿੰਦੇ ਹਨ ਵੀ ਆਹ ਵੀ ਸੁੱਖ ਮਿਲੇ, ਉਹ ਵੀ ਸੁੱਖ ਮਿਲੇ, ਅਤੇ ਸਾਨੂੰ ਸੁੱਖ ਫਿਰ ਵੀ ਨਹੀਂ ਮਿਲਦਾ। ਪਰ ਜਿਹੜੇ ਨਾਮ ਜਪਦੇ ਉਹਨਾਂ ਨੂੰ ਯਤਨ ਕੋਈ ਨਹੀਂ ਕਰਨਾ ਪੈਂਦਾ, ਬੈਠਿਆਂ ਹੀ ਸਾਰੇ ਸੁੱਖ ਮਿਲੀ ਜਾਂਦੇ, ਐਸੀ ਦਾਤ ਪ੍ਰਾਪਤ ਹੁੰਦੀ ਹੈ। ਜਿਸ ਨਾਮ ਹਿਰਦੈ ਸੋ ਸੀਤਲ ਹੁਆ। ਗੁਰਮੁਖੋ ਸਾਡਾ ਮਨ ਹਰ ਵੇਲੇ ਸੜਿਆ ਰਹਿੰਦਾ, ਤਨ ਵੀ ਸੜਿਆ ਰਹਿੰਦਾ, ਬਾਹਰੋਂ ਵੀ ਠੰਡੀਆਂ ਠੰਡੀਆਂ ਚੀਜ਼ਾਂ ਵਰਤਦੇ, ਅੰਦਰ ਵੀ ਠੰਡੀਆਂ ਚੀਜ਼ਾਂ ਸੁੱਟਦੇ ਪਏ,
ਪਰ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦਾ ਮਨ ਹੀ ਸ਼ੀਤਲ ਹੋ ਗਿਆ, ਅੰਦਰੋਂ ਹੀ ਸ਼ੀਤਲ ਹੋ ਗਿਆ, ਅੰਦਰੋਂ ਹੀ ਠੰਡੇ ਹੋ ਗਏ। ਫਿਰ ਭਾਵੇਂ ਉਹ ਤੱਤੀ ਤਵੀ 'ਤੇ ਬੈਠ ਜਾਣ ਅਤੇ ਭਾਵੇਂ ਸੀਸ ਵਿੱਚ ਰੇਤਾ ਪਵੇ ਅਤੇ ਫਿਰ ਵਜਨ ਕਰਦੇ ਤੇਰਾ ਕੀ ਆ, ਕਿਉਂਕਿ ਅੰਦਰੋਂ ਸ਼ਾਂਤ ਹੋ ਗਏ, ਸ਼ੀਤਲ ਹੋ ਗਏ। ਐਸੀ ਨਾਮ ਦੀ ਕਮਾਈ ਹੈ। ਨਾਮ ਬਿਨਾ ਤ੍ਰਿਕ ਜੀਵਨ ਮੁਆ। ਜਿਨ੍ਹਾਂ ਪੁਰਸ਼ਾਂ ਦੇ ਅੰਦਰ ਨਾਮ ਨਹੀਂ ਹੈ, ਨਾਮ ਤੋਂ ਖਾਲੀ ਨੇ, ਉਹਨਾਂ ਦੇ ਜੀਵਨ ਨੂੰ ਤ੍ਰਿਗਾਕਾਰ ਹੈ। ਸੌ ਵਾਰੀ ਫਿਟੇ ਮੂੰਹ ਆਖਦੀ ਇੱਕ ਲਾਹਣਤ ਬਣ ਜਾਂਦੀ ਹੈ, ਸੌ ਵਾਰੀ ਲਾਹਣਤ ਪਾਈਏ ਇੱਕ ਧ੍ਰਿਗ ਬਣ ਜਾਂਦੀ ਹੈ, ਤ੍ਰਿਗਾਕਾਰ। ਧ੍ਰਿਗ ਜੀਵੇ ਧ੍ਰਿਗ ਜੀਵਾਸ, ਗੁਰਬਾਣੀ ਦਾ ਵਚਨ ਤ੍ਰਿਗਾਕਾਰ ਲਾਹਣਤ ਹੈ। ਲਾਹਣਤ ਹੈ ਜਿਹਦੇ ਕੋਲ ਨਿਤਨੇਮ ਨਹੀਂ ਹੈ। ਹੁਣ ਗੁਰਮੁਖੋ ਆਪਾਂ ਅੰਦਰ ਇਹ ਵੇਖਣਾ ਵੀ ਮੈਂ ਨਿਤਨੇਮ ਕਰਦਾ ਹਾਂ ਕਿ ਨਹੀਂ ਕਰਦਾ। ਮੈਂ ਝੱਟ ਬੈਠ ਕੇ ਵਾਹਿਗੁਰੂ ਵਾਹਿਗੁਰੂ 15 ਮਿੰਟ 20 ਮਿੰਟ ਅੱਧਾ ਘੰਟਾ ਜਾਂ ਘੰਟਾ ਕਰਦਾ ਹਾਂ ਕਿ ਨਹੀਂ ਕਰਦਾ। ਮੈਂ ਰੋਜ਼ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦਾ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਕਿ ਨਹੀਂ ਕਰਦਾ। ਜੇ ਤਾਂ ਕਰਦੇ ਹਾਂ ਤਾਂ ਫਿਰ ਤਾਂ ਠੀਕ ਹੈ, ਜੇ ਨਹੀਂ ਕਰਦੇ ਫਿਰ ਇਹ ਲਾਹਣਤ ਮਹਾਰਾਜ ਨੇ ਸਾਨੂੰ ਹੀ ਪਾਈ ਹੈ ਵੀ ਲਾਹਣਤੀ ਹੈ ਭਾਈ ਤੇਰੇ ਜੀਵਨ ਨੂੰ, ਜੇ ਤਾਂ ਕਰਦਾ ਹੀ ਕੁਝ ਨਹੀਂ ਪਿਆ। ਪਾਤਸ਼ਾਹ ਕਹਿਣ ਲੱਗੇ ਨਾਮ ਬਿਨਾਂ ਜਿਹੜਾ ਨਾਮ ਤੋਂ ਖਾਲੀ ਹੈ, ਧ੍ਰਿਗ ਲਾਹਣਤੀ ਹੈ ਭਾਈ ਉਹਦੇ ਜੀਵਨ ਨੂੰ, ਅਤੇ ਜੀਵਨ ਮੂਆ ਉਹ ਤਾਂ ਜਿਉਂਦਿਆਂ ਹੋਇਆ ਹੀ ਮਰਿਆਂ ਦੇ ਬਰਾਬਰ ਹੈ, ਉਹ ਤਾਂ ਮੁਰਦਾ ਹੀ ਤੁਰਿਆ ਫਿਰਦਾ ਹੈ, ਕੇਵਲ ਅੰਨਪਾਣੀ ਛਕਦਾ ਪਿਆ ਹੈ, ਮੁਰਦਾ ਪਰਮੇਸ਼ੁਰ ਵੱਲ ਮਰਿਆ ਹੋਇਆ, ਐਸੀ ਉਸਦੀ ਹਾਲਤ ਹੈ। ਜਿਸ ਨਾਮ ਹਿਰਦੇ ਸੋ ਜੀਵਨ ਮੁਕਤਾ। ਜਿਸ ਦੇ ਹਿਰਦੇ ਵਿੱਚ ਨਾਮ ਹੈ ਉਹ ਪੁਰਸ਼ ਜੀਵਨ ਮੁਕਤ ਹੈ। ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਜਿਹਦੇ ਹਿਰਦੇ ਵਿੱਚ ਪਰਮਾਤਮਾ, ਉਹ ਜੀਵਨ ਮੁਕਤ ਅਵਸਥਾ ਵਾਲਾ, ਉਹ ਜਿਉਂਦੇ ਹੀ ਮੁਕਤ ਹੋ ਗਿਆ। ਆਪਾਂ ਆਖਦੇ ਇਹ ਬੰਦਾ ਮਰ ਗਿਆ ਮੁਕਤ ਹੋ ਗਿਆ, ਮਰ ਕੇ ਥੋੜ੍ਹੀ ਮੁਕਤੀ ਮਿਲਦੀ ਹੈ। ਬੇਨੀ ਕਹਿ ਸੁਣੋ ਰੇ ਸੰਤੋ ਮਰਨ ਮੁਕਤ ਕਿਨ ਪਾਈ। ਭਗਤ ਬੇਣੀ ਜੀ ਕਹਿੰਦੇ ਵੀ ਇਹ ਦੱਸੋ ਮਰ ਕੇ ਥੋੜ੍ਹੀ ਮੁਕਤ ਹੋਈਦਾ। ਮੁਕਤ ਮੁਕਤ ਉਹ ਹੈ ਜਿਹੜਾ ਜਿਉਂਦਿਆਂ ਹੋ ਗਿਆ, ਜਿਹੜਾ ਜਿਉਂਦਿਆਂ ਨਹੀਂ ਹੋਇਆ ਉਹਨੇ ਮਰ ਕੇ ਵੀ ਨਹੀਂ ਹੋਣਾ। ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ, ਜਿਨ੍ਹਾਂ ਨੇ ਨਾਮ ਜਪਿਆ ਉਹ ਜੀਵਨ ਮੁਕਤ ਅਵਸਥਾ ਵਾਲੇ ਪਰਮ ਹੰਸ ਮਹਾਂਪੁਰਖ ਬਣ ਜਾਂਦੇ ਹਨ। ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ। ਜਿਹਦੇ ਕੋਲ ਨਾਮ ਹੈ ਉਹਦੇ ਕੋਲ ਜੁਗਤੀਆਂ ਸਾਰੀਆਂ, ਸਾਡੇ ਕੋਲ ਜੁਗਤੀ ਕੋਈ ਨਹੀਂ ਹੈ। ਸਾਡੇ ਕੋਲ ਸੰਸਾਰੀ ਜੁਗਤੀਆਂ ਨੇ ਵੀ ਕਿਸੇ ਨੂੰ ਠੱਗਣਾ ਕਿਵੇਂ ਹੈ, ਕਿਸੇ ਨੂੰ ਲੁੱਟਣਾ ਕਿਵੇਂ ਹੈ, ਕਿਸੇ ਨੂੰ ਬੇਵਕੂਫ਼ ਕਿਵੇਂ ਬਣਾਉਣਾ, ਕਿਸੇ ਦੀ ਅੱਖਾਂ ਵਿੱਚ ਘਟਾ ਕਿਵੇਂ ਪਾਉਣਾ, ਚਲਾਕੀ ਕਿਵੇਂ ਵਿਖਾਉਣੀ, ਇਹ ਦੁਨਿਆਵੀ ਜੁਗਤੀਆਂ ਸਾਨੂੰ ਸਾਰੀਆਂ ਹੀ ਆਉਂਦੀਆਂ। ਪਰ ਪਰਮਾਤਮਾ ਦੇ ਨਾਮ ਜਪਣ ਦੀ ਜੁਗਤੀ ਸਾਡੇ ਕੋਲ ਹੈ ਹੀ ਨਹੀਂ, ਕਿਉਂਕਿ ਨਾਮ ਦੀ ਕਮਾਈ ਨਹੀਂ, ਜੁਗਤੀ ਕਿੱਥੋਂ ਆਵੇ। ਹੱਥ ਵਿੱਚ ਮਾਲਾ ਫੜ ਕੇ ਕਹਿ ਦੇਣਾ ਵਾਹਿਗੁਰੂ, ਇਹ ਵੀ ਤਾਂ ਇੱਕ ਜੁਗਤੀ ਹੈ ਨਾ, ਵੀ ਤੈਨੂੰ ਮਾਲਾ ਵੇਖ ਕੇ ਹੀ ਚੇਤੇ ਆ ਜਾਵੇ ਵੀ ਮੈਂ ਫੜੀ ਕਾਹਦੇ ਵਾਸਤੇ ਹੈ, ਤਾਂ ਇਹ ਵੀ ਇੱਕ ਜੁਗਤੀ। ਪਰ ਲੋਕਾਂ ਨੇ ਰੌਲਾ ਪਾ ਦਿੱਤਾ ਵੀ ਮਾਲਾ ਤਾਂ ਵੇਖਣੀ ਨਹੀਂ, ਪਰੇ ਹੀ ਸੁੱਟ ਦਿਓ। ਮਾਲਾ ਮਾੜੀ ਨਹੀਂ ਹੈ, ਉਹਨੂੰ ਫੜ ਕੇ ਪਖੰਡ ਕਰਕੇ ਵਿਖਾਉਣਾ ਮਾੜਾ ਹੈ, ਵੀ ਕੇਵਲ ਲੋਕਾਂ ਨੂੰ ਵਿਖਾ ਛੱਡਣਾ ਵੀ ਆਹ ਵੇਖੋ ਮਾਲਾ, ਪਰ ਕਰਦਾ ਕੁਝ ਨਹੀਂ ਪਿਆ, ਫਿਰ ਮਾੜੀ ਹੈ। ਅਤੇ ਜੇ ਮਾਲਾ ਫੜ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਪਏ ਹੋ, ਰਾਮ ਰਾਮ ਕਹਿੰਦੇ ਪਏ, ਫਿਰ ਮਾਲਾ ਮਾੜੀ ਥੋੜ੍ਹੀ ਹੈ, ਫਿਰ ਤਾਂ ਰੱਬ ਦੇ ਨਾਲ ਜੋੜਦੀ ਪਈ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਭਾਈ ਗੁਰਮੁਖਾਂ ਨੇ, ਉਹਨਾਂ ਦੀਆਂ ਸਾਰੀਆਂ ਜੁਗਤੀਆਂ ਨੇ ਉਹਨਾਂ ਕੋਲ, ਵੀ ਪਰਮਾਤਮਾ ਨੂੰ ਪਾਉਣਾ ਕਿਵੇਂ ਹੈ ਅਤੇ ਉਹਦੇ ਕੋਲੋਂ ਲੈਣਾ ਕਿਵੇਂ ਹੈ। ਹੁਣ ਇਹ ਜੁਗਤੀ ਹੈ ਨਾ, ਜਦੋਂ ਭਾਈ ਗੁਰਦਾਸ ਜੀ ਨੇ ਆਖਿਆ ਸੀ ਬੀਬੀ ਸੁਲੱਖਣੀ ਨੂੰ, ਕਹਿਣ ਲੱਗੇ ਮਾਤਾ ਜੀ ਕਾਗਜ਼ ਪੈੱਨ ਕਾਗਜ਼ ਕਲਮ ਲੈ ਕੇ ਆਇਓ ਨਾਲ, ਅਤੇ ਫਿਰ ਆਹ ਗੱਲ ਕਿਹੋ ਮਹਾਰਾਜ ਨੂੰ। ਉਸੇ ਤਰ੍ਹਾਂ ਹੀ ਬੀਬੀ ਨੇ ਕੀਤਾ,
ਪਾਤਸ਼ਾਹ ਕਹਿੰਦੇ ਪੁੱਤਰ ਨਹੀਂ ਲਿਖਿਆ ਤੇ ਉਹਨੇ ਕਲਮ ਕਾਗਜ਼ ਕਰਕੇ ਆਖਿਆ ਮਹਾਰਾਜ ਉੱਥੇ ਵੀ ਲਿਖਦੇ ਤੇ ਇੱਥੇ ਵੀ ਲਿਖੋ ਕਿਰਪਾ ਕਰੋ ਅਤੇ ਫਿਰ ਲਿਖਵਾ ਹੀ ਲਿਆ ਨਾ ਜੁਗਤੀ ਕਿੱਥੋਂ ਆਈ ਹੈ ਭਾਈ ਗੁਰਦਾਸ ਜੀਆਂ ਨੇ ਦਿੱਤੀ ਹੈ ਕਿਵੇਂ ਆਈ ਹੈ ਕਿਉਂਕਿ ਉਹਨਾਂ ਕੋਲ ਨਾਮ ਦੀ ਕਮਾਈ ਹੈ ਨਾਮ ਜਪਣ ਵਾਲਿਆਂ ਕੋਲ ਸਾਰੀਆਂ ਜੁਗਤੀਆਂ ਨੇ ਵੀ ਗੁਰੂ ਕੋਲੋਂ ਲੈਣਾ ਕਿਵੇਂ ਹੈ ਉਹ ਲੈ ਲੈਂਦੇ ਹਨ ਜਿਸ ਨਾਮ ਹਿਰਦੈ ਤਿੰਨ ਨੌ ਨਿਧ ਪਾਈ ਜਿੰਨੇ ਕੋਲ ਨਾਮ ਹੈ ਉਹਨੇ ਨੌ ਨਿਧੀਆਂ ਦਾ ਖਜ਼ਾਨਾ ਪਰਮਾਤਮਾ ਦਾ ਨਾਮ ਹੀ ਪਾ ਲਿਆ ਹੈ ਨੌ ਨਿਧੀਆਂ ਥੋੜ੍ਹੇ ਨੂੰ ਬਹੁਤਾ ਕਰ ਦੇਣਾ ਇਹ ਰਿਧੀ ਸਿੱਧੀ ਹੈ ਵੱਡਾ ਹੋ ਜਾਣਾ ਛੋਟਾ ਹੋ ਜਾਣਾ ਲੰਮਾ ਹੋ ਜਾਣਾ ਇਹ ਸਾਰੀਆਂ ਰਿਧੀਆਂ ਸਿੱਧੀਆਂ ਉਹਨਾਂ ਨੇ ਪ੍ਰਾਪਤ ਕਰ ਲਈਆਂ ਹਨ ਨਾਮ ਬਿਨਾ ਭ੍ਰਮ ਆਵੈ ਜਾਈ ਗੁਰਮੁਖੋ ਜਿਹੜਾ ਨਾਮ ਨਹੀਂ ਨਾ ਜਪਦਾ ਉਹ ਜੂਨਾਂ ਦੇ ਵਿੱਚ ਭਰਮਦਾ ਹੈ ਜੰਮ ਕੇ ਆ ਗਿਆ ਮਰ ਕੇ ਚਲਾ ਗਿਆ ਸਾਡੇ ਵਰਗੀ ਹਾਲਤ ਹੈ ਨਾ ਅੱਜ ਅਸੀਂ ਮਨੁੱਖ ਬਣੇ ਹਾਂ ਕੱਲ੍ਹ ਨੂੰ ਹੋ ਸਕਦਾ ਪਸ਼ੂ ਬਣੇ ਹੋਈਏ ਪੰਛੀ ਬਣੇ ਹੋਈਏ ਇੱਕ ਜਨਮ ਲਿਆ ਚੁਗਾ ਚੁਗਿਆ ਮਰ ਗਿਆ ਦੂਜਾ ਜਨਮ ਲਿਆ ਘਾਹ ਪੱਠੇ ਖਾਧੇ ਪਸ਼ੂ ਬਣਿਆ ਫਿਰ ਮਰ ਗਿਆ ਫਿਰ ਜਨਮ ਲਿਆ ਕੋਈ ਮਾਸ ਖਾਣ ਵਾਲਾ ਬਣ ਗਿਆ ਫਿਰ ਜਨਮ ਲਿਆ ਕੋਈ ਕੱਖ ਖਾਣ ਵਾਲਾ ਬਣ ਗਿਆ ਇਸ ਤਰ੍ਹਾਂ ਜਨਮਾਂ ਵਿੱਚ ਤੁਰਿਆ ਹੁੰਦਾ ਨਾਮ ਤੋਂ ਬਿਨਾਂ ਤਾਂ ਪਸ਼ੂ ਬਣਦਾ ਪੰਛੀ ਬਣਦਾ ਕੁੱਤਾ ਬਣਦਾ ਪਿਆ ਗਧਾ ਬਣਦਾ ਪਿਆ ਇਸ ਤਰ੍ਹਾਂ ਹੀ ਜੰਮ ਜੰਮ ਕੇ ਆਉਂਦਾ ਵਾਰ ਵਾਰ ਮਰ ਕੇ ਜਾਂਦਾ ਹੈ ਜਿਸ ਨਾਮ ਹਿਰਦੈ ਸੋਵੇ ਪਰਵਾਹ ਜਿਹਦੇ ਕੋਲ ਨਾਮ ਹੈ ਨਾ ਗੁਰਮੁਖੋ ਬੇਪਰਵਾਹ ਸਾਨੂੰ ਪਰਵਾਹ ਰਹਿੰਦੀ ਹੈ ਮੇਰੇ ਗੁਆਂਢੀ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਕੁੜਮ ਕੀ ਕਹਿਣਗੇ ਸਹੁਰੇ ਕੀ ਕਹਿਣਗੇ ਨਾਨਕੇ ਕੀ ਕਹਿਣਗੇ ਦਾਦਕੇ ਕੀ ਆਖਣਗੇ ਸਰਕਾਰ ਕੀ ਕਹੇਗੀ ਕਾਨੂੰਨ ਕੀ ਕਹੇਗਾ ਸਾਨੂੰ ਪਰਵਾਹ ਹੈ ਪਰਮਾਤਮਾ ਦੇ ਪਿਆਰਿਆਂ ਨੂੰ ਕੋਈ ਪਰਵਾਹ ਨਹੀਂ ਕੋਈ ਭਲਾ ਕਹੋ ਚਾਹੇ ਬੁਰਾ ਕਹੋ ਉਹਨਾਂ ਨੂੰ ਆਖੀ ਜਾਵੇ ਨਾ ਤੁਸੀਂ ਬੜੇ ਮਾੜੇ ਕਹਿੰਦੇ ਕੋਈ ਗੱਲ ਨਹੀਂ ਮਾੜੇ ਹੀ ਠੀਕ ਆ ਕੋਈ ਆ ਕੇ ਬੜੇ ਚੰਗੇ ਕਹਿਣ ਲੱਗੇ ਚਲੋ ਇਹ ਵੀ ਗੁਰੂ ਦੀ ਕਿਰਪਾ ਹੀ ਹੈ ਉਹਨਾਂ ਨੂੰ ਮਾੜਾ ਕਹੋ ਬੁਰਾ ਕਹੋ ਚੰਗਾ ਕਹੋ ਉਹ ਬੇਪਰਵਾਹ ਰਹਿੰਦੇ ਹਨ ਜਿਸ ਨਾਮ ਹਿਰਦੈ ਤਿਸ ਸਦਹੀ ਲਾਹਾ ਜਿਹਦੇ ਹਿਰਦੇ ਵਿੱਚ ਨਾਮ ਹੈ ਗੁਰਮੁਖੋ ਉਹਨੂੰ ਲਾਭ ਹੀ ਲਾਭ ਹੈ ਕਿਉਂਕਿ ਉਸਨੇ ਰੋਜ਼ ਦੀ ਰੋਜ਼ ਕਮਾਈ ਕੀਤੀ ਹੈ ਨਾ ਜਿਹਨੇ ਰੋਜ਼ ਦੀ ਰੋਜ਼ ਕਮਾਈ ਕੀਤੀ ਉਹਨੂੰ ਲਾਭ ਹੀ ਹੈ ਫਿਰ ਜੇ ਉਹਨਾਂ ਨੇ ਆਖੀਏ ਨਾ ਭਾਈ ਤੇਰੀ ਉਮਰਾਂ ਪੂਰੀ ਹੋ ਗਈ ਤੂੰ ਸਰੀਰ ਛੱਡ ਜਾਣਾ ਉਹ ਕਹਿੰਦੇ ਤਾਂ ਕੀ ਛੱਡ ਜਾਣਾ ਆਪਾਂ ਤਾਂ ਪਹਿਲਾਂ ਤਿਆਰੀ ਕਰਕੇ ਬੈਠੇ ਕਿਉਂਕਿ ਉਹਨਾਂ ਨੂੰ ਪਤਾ ਵੀ ਨਾ ਜੰਮ ਵੇਖਣੇ ਪੈਣੇ ਨਾ ਮਾਰ ਪੈਣੀ ਹੋਣਾ ਤਾਂ ਮੁਕਤੀ ਹੈ ਨਾ ਇਸ ਕਰਕੇ ਜਿਹਦੇ ਕੋਲ ਨਾਮ ਦੀ ਕਮਾਈ ਹੈ ਪਾਤਸ਼ਾਹ ਕਹਿੰਦੇ ਉਹਦੇ ਕੋਲ ਲਾਹਾ ਹੀ ਲਾਹਾ ਉਹਨੇ ਖੱਟਿਆ ਉਹਨੂੰ ਕਿਸੇ ਦੀ ਕਾਣ ਕਨੌੜ ਨਹੀਂ ਹੈ ਜਿਸ ਨਾਮ ਹਿਰਦੈ ਤਿਸ ਵੱਡ ਪਰਿਵਾਰਾ ਗੁਰਮੁਖੋ ਜਿਹਦੇ ਹਿਰਦੇ ਵਿੱਚ ਨਾਮ ਹੈ ਉਹ ਵੱਡੇ ਪਰਿਵਾਰਾਂ ਵਾਲਾ ਵੱਡਾ ਪਰਿਵਾਰ ਕੀ ਹੈ ਉਹਦੇ ਕੋਲ ਹੈ ਸਤ ਸੰਤੋਖ ਦਇਆ ਧਰਮ ਪਰਉਪਕਾਰ ਇਹ ਹੈ ਵੱਡਾ ਪਰਿਵਾਰ ਉਹਦੇ ਕੋਲ ਸਤ ਵੀ ਹੈ ਸੰਤੋਖ ਵੀ ਹੈ ਦਇਆ ਵੀ ਹੈ ਧਰਮ ਵੀ ਹੈ ਪਰਉਪਕਾਰ ਇਹ ਸਾਰੇ ਸ਼ੁਭ ਗੁਣਾਂ ਦਾ ਵੱਡਾ ਪਰਿਵਾਰ ਉਹਦੇ ਕੋਲ ਹੈ ਨਾਮ ਬਿਨਾ ਮਨਮੁਖ ਗਵਾਰਾ ਜਿਹੜਾ ਨਾਮ ਨਹੀਂ ਜਪਦਾ ਉਹ ਮਨਮੁਖ ਹੈ ਗਵਾਰਾ ਕਹੀਏ ਮੂਰਖ ਹੈ ਜਾਂ ਕਹਿ ਲਈਏ ਮੂਰਖਾਂ ਵਿੱਚੋਂ ਵੱਡਾ ਮੂਰਖ ਚੰਡਾਲ ਹੈ ਜਿਹਦੇ ਕੋਲ ਨਾਮ ਨਹੀਂ ਉਹ ਸਭ ਤੋਂ ਵੱਡਾ ਮੂਰਖ ਹੈ ਐਸੀ ਦਾਤ ਫਰਮਾਉਂਦੇ ਹਨ ਜਿਸ ਨਾਮ ਹਿਰਦੈ ਤਿਸ ਨਿਹਚਲ ਆਸਨ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਿਹਦੇ ਕੋਲ ਨਾਮ ਨਹੀਂ ਹੈ ਉਹ ਜਿਹੜਾ ਵਿਅਕਤੀ ਹੈ ਕਹਿੰਦੇ ਵੀ ਉਹਦਾ ਆਸਨ ਨਿਹਚਲ ਨਹੀਂ ਹੈ ਸਦਾ ਰਹਿਣ ਵਾਲਾ ਨਹੀਂ ਜਿਸ ਦੇ ਕੋਲ ਨਾਮ ਦੀ ਕਮਾਈ ਨਹੀਂ ਹੈ ਉਸਦਾ ਆਸਨ ਕਹੀਏ ਟਕਾ ਸਦਾ ਵਾਸਤੇ ਨਹੀਂ ਮਹਾਰਾਜ ਫਰਮਾਉਂਦੇ ਨੇ ਕਹਿਣ ਲੱਗੇ ਜਿਸ ਨਾਮ ਹਿਰਦੈ
ਜਿਸ ਨਾਮ ਹਿਰਦੈ ਤਿਸ ਨਿਸ਼ਚਲ ਆਸਨ, ਜਿਹਦੇ ਕੋਲ ਨਾਮ ਹੈ ਉਹਦਾ ਆਸਨ ਸਦਾ ਵਾਸਤੇ ਟਿਕ ਗਿਆ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਜਿਹਨੇ ਨਾਮ ਜਪਿਆ ਉਹਦਾ ਆਸਨ ਸਦਾ ਵਾਸਤੇ ਹੀ ਹੈ। ਮਹਾਰਾਜ ਫਿਰ ਫਰਮਾਉਂਦੇ ਹਨ, ਜਿਸ ਨਾਮ ਹਿਰਦੈ ਤਿਸ ਨਿਸ਼ਚਲ ਆਸਨ, ਜਿਹਦੇ ਹਿਰਦੇ ਵਿੱਚ ਨਾਮ ਹੈ ਨਾ ਗੁਰਮੁਖੋ, ਉਹ ਜਿਹੜਾ ਨਿਸ਼ਚਲ ਹੈ ਨਾ ਪਰਮਾਤਮਾ ਸਦਾ ਰਹਿਣ ਵਾਲਾ, ਉਹਦਾ ਆਸਨ ਉਹਦੇ ਅੰਦਰ ਹੀ ਲੱਗ ਗਿਆ, ਅੰਦਰ ਹੀ ਬੈਠਾ ਉਹਦੇ ਪਰਮਾਤਮਾ ਆ ਕੇ ਜਿਹੜਾ ਸਦਾ ਰਹਿਣ ਵਾਲਾ ਹੈ। ਜਿਸ ਨਾਮ ਹਿਰਦੈ ਤਿਸ ਤਖਤ ਨਿਵਾਸਨ, ਜਿਹਦੇ ਹਿਰਦੇ ਵਿੱਚ ਨਾਮ ਹੈ ਉਹ ਪ੍ਰਤੱਖ ਤਖਤ ਦੇ ਉੱਪਰ ਵੀ ਬੈਠ ਜਾਂਦਾ ਹੈ ਨਾਮ ਦੀ ਕਮਾਈ ਵੱਲ। ਅਤੇ ਆਪਾਂ ਬਚਨ ਪੜ੍ਹਦੇ ਹਾਂ ਨਾ, ਜਦੋਂ ਨਵਾਬੀ ਆਈ ਸੀ ਨਾ ਲਾਹੌਰ ਦਰਬਾਰ ਦੇ ਵੱਲੋਂ ਵੀ ਤੁਹਾਨੂੰ ਨਵਾਬ ਬਣਾ ਦਈਏ, ਅਤੇ ਉਸ ਵੇਲੇ ਸਰਦਾਰ ਕਪੂਰ ਸਿੰਘ ਜੀ ਕਹਿੰਦੇ ਵੀ ਸੇਵਾ ਕਰਦੇ ਪਏ, ਘੋੜਿਆਂ ਦੀ ਲਿੱਦ ਚੁੱਕਦੇ ਪਏ, ਅਤੇ ਪੰਥ ਨੇ ਆਖਿਆ ਵੀ ਇਹਨਾਂ ਨੂੰ ਸੇਵਾ ਦਈਏ। ਵੇਖੋ ਪੰਥ ਦੀ ਕਿੱਡੀ ਵੱਡੀ ਮਹਾਨਤਾ ਹੈ, ਸੇਵਾ ਕਿਹਨੂੰ ਮਿਲੀ ਹੈ, ਮਾਣ ਕਿਹਨੂੰ ਮਿਲਿਆ, ਸੇਵਾਦਾਰ। ਅੱਜ ਮਾਣ ਤਾਂ ਸਾਰੇ ਹੀ ਲੈਣਾ ਚਾਹੁੰਦੇ ਨੇ ਵੀ ਮੈਨੂੰ ਮਿਲੇ ਤਖਤ, ਪਰ ਸੇਵਾ ਦੇ ਵਾਸਤੇ ਕਹਿੰਦੇ ਨਹੀਂ, ਮੇਰੇ ਤਾਂ ਲੱਕ ਵਿੱਚ ਬੜੀ ਪੀੜ ਹੁੰਦੀ ਹੈ, ਸੇਵਾ ਕਰਨ ਨੂੰ ਨਾ ਮੈਨੂੰ ਕਿਹੋ, ਹੱਥੀ ਮੈਂ ਸੇਵਾ ਨਹੀਂ ਕਰਾਂਗਾ, ਹਾਂ ਤਖਤ ਮੈਨੂੰ ਦੇ ਦਿਓ ਅਤੇ ਮੈਂ ਬੈਠ ਜਾਵਾਂਗਾ ਚੜ੍ਹ ਕੇ। ਅਤੇ ਤਾਂ ਹੀ ਫਿਰ ਕੌਮ ਗਿਰਾਵਟ ਵਾਲੇ ਪਾਸੇ ਹੈ ਨਾ, ਤਖਤ ਹੈ ਹੀ ਉਹਨਾਂ ਦੇ ਕੋਲ ਜਿਹਨਾਂ ਕੋਲ ਨਾ ਕੋਈ ਸੇਵਾ ਹੈ ਅਤੇ ਨਾ ਕੋਈ ਸਿਮਰਨ ਹੈ ਨਾ ਕੋਈ ਕਮਾਈ ਹੈ, ਅਤੇ ਕੌਮ ਤਾਂ ਹੀ ਘਾਟੇ ਵਿੱਚ ਜਾਂਦੀ ਪਈ। ਪੰਥ ਨੇ ਇਸ ਵੇਲੇ ਸੰਘਾਸਨ ਦੇਣਾ ਹੈ ਅਤੇ ਉਹਨਾਂ ਨੇ ਵੇਖਿਆ ਵੀ ਉਹਨੂੰ ਦਈਏ ਜਿਹੜਾ ਸੇਵਾ ਕਰਦਾ। ਅਤੇ ਜਦੋਂ ਸੇਵਾਦਾਰ ਨੂੰ ਪੁੱਛਿਆ ਗਿਆ ਨਾ, ਕਹਿੰਦੇ ਪੰਥ ਦਾ ਹੁਕਮ ਹੈ ਤੁਹਾਨੂੰ ਨਵਾਬੀ ਲੈਣੀ ਪਵੇਗੀ। ਅਤੇ ਉਹਨਾਂ ਨੇ ਦੋ ਵਚਨ ਕੀਤੇ, ਕਹਿਣ ਲੱਗੇ ਪਹਿਲੀ ਗੱਲ ਇਹ ਆ ਵੀ ਇਹ ਨਵਾਬੀ ਖਾਲਸੇ ਦੇ ਚਰਨਾਂ ਦੇ ਨਾਲ ਪਹਿਲਾਂ ਛੁਹਾਈ ਜਾਵੇ ਅਤੇ ਫਿਰ ਸਾਨੂੰ ਦਿੱਤੀ ਜਾਵੇ। ਮਹਾਰਾਜ ਦੇ ਖਾਲਸੇ ਦੇ ਚਰਨਾਂ ਵਿੱਚੋਂ ਮਿਲੇ ਵਡਿਆਏ। ਅਤੇ ਦੂਜਾ ਵਚਨ ਇਹ ਆ ਵੀ ਘੋੜਿਆਂ ਦੀ ਲਿੱਦ ਮੈਂ ਅੱਜ ਚੁੱਕਦਾ ਪਿਆ ਹਾਂ, ਮੈਂ ਜਿੰਨਾ ਚਿਰ ਸਰੀਰ ਹੈ ਇਹ ਲਿੱਦ ਚੁੱਕਣ ਦੀ ਸੇਵਾ ਨਾ ਲਈ ਜਾਵੇ। ਕੱਲ੍ਹ ਨੂੰ ਤੁਸੀਂ ਇਹ ਨਾ ਕਿਹੋ ਵੀ ਤੁਸੀਂ ਤਾਂ ਨਵਾਬ ਜੀ ਹੋ ਮਹਾਰਾਜ, ਉਹ ਉੱਚੀ ਕੁਰਸੀ 'ਤੇ ਬਹਿ ਦਿਓ ਜਾ ਕੇ ਅਤੇ ਆਹ ਕੰਮ ਨਾ ਕਰਿਓ, ਚਿੱਟਾ ਪਾ ਲਓ ਚੋਲਾ। ਜੇ ਤੁਸੀਂ ਮੇਰੀ ਸੇਵਾ ਹੀ ਲੈ ਲੈਣੀ ਹੈ ਤਾਂ ਫਿਰ ਨਵਾਬੀ ਨਹੀਂ ਚਾਹੀਦੀ ਹੈ। ਦੋਵੇਂ ਬਚਨ ਹੀ ਪ੍ਰਵਾਨ ਹੋਏ, ਖਾਲਸੇ ਦੇ ਚਰਨਾਂ ਨੂੰ ਲਾ ਕੇ ਨਵਾਬੀ ਮਿਲੀ ਅਤੇ ਸੇਵਾ ਆਪ ਕਰਦੇ ਰਹੇ। ਮਹਾਰਾਜ ਕਹਿੰਦੇ ਐਸੇ ਨੇ ਜਿਨ੍ਹਾਂ ਨੇ ਤਖਤ ਦੇ ਉੱਪਰ ਬੈਠਣਾ ਕੀਤਾ, ਪੰਥ ਵੱਲੋਂ ਜਿਨ੍ਹਾਂ ਨੂੰ ਮਾਣ ਮਿਲਿਆ ਹੈ। ਜਿਸ ਨਾਮ ਹਿਰਦੈ ਤਿਸ ਤਖਤ ਨਿਵਾਸਨ, ਜਿਹਦੇ ਹਿਰਦੇ ਵਿੱਚ ਨਾਮ ਹੈ ਉਹਨਾਂ ਨੂੰ ਨਵਾਬੀ ਵੀ ਮਿਲੇ, ਉਹ ਨਵਾਬੀ ਵੀ ਨਾਮ ਵਿੱਚੋਂ ਅਤੇ ਸੇਵਾ ਵਿੱਚੋਂ ਹੀ ਮਿਲਦੀ ਹੈ। ਐਸੇ ਤਖਤ ਦੇ ਉੱਪਰ ਫਿਰ ਗੁਰਮੁਖ ਬਿਰਾਜਮਾਨ ਹੁੰਦੇ ਹਨ। ਜਿਸ ਨਾਮ ਹਿਰਦੈ ਸੋ ਸੱਚਾ ਸਾਹੋ, ਜਿਹਦੇ ਹਿਰਦੇ ਵਿੱਚ ਨਾਮ ਹੈ ਉਹ ਸੱਚਾ ਸ਼ਾਹੂਕਾਰ ਹੈ। ਇੱਕ ਤਾਂ ਆਹ ਸ਼ਾਹੂਕਾਰ ਆਪਣੇ ਪਿੰਡਾਂ ਵਿੱਚ ਹੁੰਦੇ ਨਾ, ਆਪਾਂ ਕਹਿੰਦੇ ਸ਼ਾਹ ਹੈ ਫਲਾਣਾ, ਉਹ ਬਿਮਾਰ ਵੀ ਹੋ ਗਿਆ, ਰੋਗੀ ਵੀ ਹੈ, ਪਤਾ ਨਹੀਂ ਕਦੇ ਕੁਝ ਦੇਵੇਗਾ ਕਿ ਨਹੀਂ ਦੇਵੇਗਾ, ਪਰ ਜਿਹੜਾ ਨਾਮ ਜਪਦਾ ਅਸਲੀ ਸ਼ਾਹੂਕਾਰ ਉਹ ਹੈ। ਉਹਦੇ ਕੋਲੋਂ ਜਿਹੜੀ ਮਰਜ਼ੀ ਵਸਤੂ ਮੰਗ ਲਓ ਉਹ ਝੱਟ ਹੀ ਦੇ ਦਿੰਦੇ, ਐਸੀ ਕਿਰਪਾ ਕਰਦੇ ਹਨ। ਨਾਮਹੀਨ ਨਾਹੀਂ ਪਤ ਵਿਸਾਹੋ, ਉਹ ਜਿਹੜਾ ਨਾਮ ਨਹੀਂ ਨਾ ਜਪਦਾ ਉਹਦੀ ਪਤ ਕਹੀਏ ਇੱਜ਼ਤ ਨਹੀਂ ਹੁੰਦੀ ਹੈ, ਇੱਥੇ ਵੀ ਉਹਨੂੰ ਕੋਈ ਮਾਣ ਨਹੀਂ ਮਿਲਦਾ। ਲੋਕ ਗਾਲਾਂ ਹੀ ਕੱਢਦੇ ਵੀ ਉਹ ਬੜਾ ਬੰਦਾ ਮਾੜਾ ਹੈ, ਬੜਾ ਬੇਈਮਾਨ ਹੈ, ਬੜਾ ਕਪਟੀ ਹੈ, ਬੜਾ ਛਲੀਆ ਹੈ, ਬੜਾ ਧੋਖੇਬਾਜ਼ ਹੈ। ਇੱਥੇ ਵੀ ਪਤ ਕੋਈ ਨਹੀਂ, ਉਹਦੀ ਇੱਜ਼ਤ ਕੋਈ ਰਹਿੰਦੀ ਨਹੀਂ ਨਾਮ ਤੋਂ ਬਿਨਾਂ। ਅਤੇ ਪਾਤਸ਼ਾਹ ਕਹਿੰਦੇ ਵਿਸਾਹ ਨਾਮ ਭਰੋਸੇ ਦਾ, ਉਹ 'ਤੇ ਭਰੋਸਾ ਵੀ ਕੋਈ ਨਹੀਂ ਕਰਦਾ। ਜੇ ਕੋਈ ਕਿਸੇ ਬੰਦੇ ਦੇ ਨਾਲ ਚਲੇ ਵੀ ਜਾਵੇ ਨਾ, ਭਾਈ ਇਹਦੀ ਗਰੰਟੀ ਵਰੰਟੀ ਮੈਂ ਦਿੰਦਾ ਜ਼ਿੰਮੇਵਾਰੀ, ਅਗਲਾ ਅੱਗੋਂ ਕਹਿੰਦਾ ਵੀ ਹੋ ਸਕਦਾ ਤੇਰੇ ਤੋਂ ਬਿਨਾਂ ਤਾਂ ਮੈਂ ਕੁਝ ਇਹਨੂੰ ਦੇ ਦਿੰਦਾ, ਪਰ ਤੇਰੇ ਆਉਣ ਕਰਕੇ ਹੁਣ ਬਿਲਕੁਲ ਨਹੀਂ ਦੇਵਾਂਗਾ, ਕਿਉਂਕਿ ਇਹਦੇ 'ਤੇ ਹੋ ਸਕਦਾ ਮੈਂ ਯਕੀਨ ਕਰਦਾ ਪਰ ਤੇਰੇ 'ਤੇ ਮੈਨੂੰ ਬਿਲਕੁਲ ਨਹੀਂ ਹੈ।
ਮਹਾਰਾਜ ਕਹਿੰਦੇ ਨਾਮ ਤੂੰ ਹੀਣੇ ਲੋਕ ਜਿਹੜੇ ਉਹਨਾਂ ਦਾ ਭਰੋਸਾ ਨਹੀਂ ਕੋਈ ਕਰਦਾ, ਐਸੀ ਉਹਨਾਂ ਦੀ ਹਾਲਤ ਹੈ। ਜਿਸ ਨਾਮ ਹਿਰਦੈ ਸੋ ਸਭ ਮੈਂ ਜਾਤਾ, ਜਿਹਦੇ ਹਿਰਦੇ ਵਿੱਚ ਗੁਰਮੁਖੋ ਨਾਮ ਹੈ ਉਹ ਸਾਰਿਆਂ ਵਿੱਚ ਪ੍ਰਗਟ ਹੀ ਜਾਣਿਆ ਜਾਂਦਾ। ਭਗਤ ਪ੍ਰਹਲਾਦ ਨੂੰ ਕੌਣ ਨਹੀਂ ਜਾਣਦਾ, ਭਗਤ ਧਰੂ ਨੂੰ ਕੌਣ ਨਹੀਂ ਜਾਣਦਾ, ਸਤਯੁਗ ਵਿੱਚ ਹੋਏ ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ ਹੋਏ ਕੌਣ ਨਹੀਂ ਜਾਣਦਾ। ਦਸਵੇਂ ਪਾਤਸ਼ਾਹ ਨੇ ਇੱਕ ਵਾਰੀ ਪੁੱਛਿਆ ਸੀ ਨਾ ਸਿੱਖਾਂ ਨੂੰ, ਕਹਿੰਦੇ ਜੀ ਕਬੀਰ ਸਾਹਿਬ ਹੋਏ ਨੇ, ਕਹਿੰਦੇ ਹਾਂਜੀ ਹੋਏ, ਕਹਿੰਦੇ ਫਿਰ ਰਾਜਾ ਕੌਣ ਸੀ ਉਦੋਂ? ਕਿਸੇ ਨੇ ਆਖਿਆ ਫਲਾਣਾ ਰਾਜਾ ਸੀ, ਕਿਸੇ ਨੇ ਆਖਿਆ ਫਲਾਣਾ ਰਾਜਾ ਸੀ। ਅਤੇ ਮਹਾਰਾਜ ਕਹਿਣ ਲੱਗੇ ਵੀ ਕਾਸ਼ੀ ਦੇ ਵਿੱਚ ਜਿਹੜੇ ਭਗਤ ਉਹਨਾਂ ਦਾ ਨਾਮ ਕੀ? ਸਾਰੇ ਕਹਿੰਦੇ ਭਗਤ ਕਬੀਰ। ਕਹਿੰਦੇ ਵੇਖੋ ਨਾਮ ਦੀ ਮਹਿਮਾ, ਜਿਹੜਾ ਰਾਜਾ ਉਸ ਵੇਲੇ ਹੋਇਆ ਉਹਨੂੰ ਕੋਈ ਨਹੀਂ ਜਾਣਦਾ, ਜਿਹੜਾ ਵਿਚਾਰਾ ਗਰੀਬ ਹੈ ਦਸਾਂ ਨੌਵਾਂ ਦੀ ਕਿਰਤ ਕਰਕੇ ਛਕਦਾ ਸੀ ਪਰ ਨਾਮ ਜਪਦਾ ਉਹਨੂੰ ਸਾਰੀ ਦੁਨੀਆ ਹੀ ਜਾਣਦੀ ਪਈ ਹੈ। ਭਇਓ ਕਬੀਰ 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 ਹੁੰਦੀ ਫਿਰਦੀ ਹੈ। ਮਹਾਰਾਜ ਕਹਿੰਦੇ ਭਾਈ ਜਿਹਦੇ ਕੋਲ ਨਾਮ ਹੈ ਉਹ ਸਾਰਿਆਂ ਦੇ ਵਿੱਚ ਜਦ ਤੱਕ ਇਹ ਜਾਣਿਆ ਜਾਂਦਾ ਪ੍ਰਗਟ ਹੀ ਹੈ। ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ, ਜੋ ਪੁਰਖ ਵਿਧਾਤਾ ਫਲਬਰਦਾਤਾ ਹੈ ਨਾ ਪਰਮੇਸ਼ਰ, ਜਿਸ ਨੇ ਉਹਦਾ ਨਾਮ ਜਪਿਆ ਉਹ ਗੁਰਮੁਖ ਵੀ ਫਲਬਰਦਾਤਾ ਬਣ ਜਾਂਦਾ, ਆਪਣੇ ਕੋਲੋਂ ਜੋ ਮਰਜ਼ੀ ਚਾਹੇ ਉਹ ਦੇ ਸਕਦਾ ਹੈ, ਸਮਰੱਥਾ ਆ ਜਾਂਦੀ ਉਹਦੇ ਵਿੱਚ, ਆਪਣੀ ਮਰਜ਼ੀ ਦੇ ਨਾਲ ਜਿਹਨੂੰ ਚਾਹੇ ਜੋ ਚਾਹੇ ਜਦੋਂ ਚਾਹੇ ਦਾਤਾਂ ਦੇ ਕੇ ਗੁਰਮੁਖ ਨਿਵਾਜ ਦਿੰਦੇ, ਐਸੀ ਦਾਤ ਦਿੰਦੇ, ਐਸੀ ਕਿਰਪਾ ਕਰਦੇ। ਅਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਭਾਈ ਆਦਮ ਨੂੰ ਆਖਿਆ ਸੀ ਨਾ, ਭਾਈ ਆਦਮ ਕਰਮਾਂ ਵਿੱਚ ਪੁੱਤਰ ਹੈ ਹੀ ਨਹੀਂ ਤੇਰੇ, ਲਿਖਿਆ ਹੀ ਨਹੀਂ ਪਰਮਾਤਮਾ, ਪਰ ਤੂੰ ਗੁਰੂ ਘਰ ਦੀ ਸੇਵਾ ਕੀਤੀ ਹੈ, ਚੱਲ ਤੈਨੂੰ ਅਸੀਂ ਆਪਣੇ ਕੋਲੋਂ ਹੀ ਦੇ ਦਿੰਦੇ ਹਾਂ। ਇਸ ਤਰ੍ਹਾਂ ਉਹ ਦਾਤੇ ਹੀ ਬਣ ਜਾਂਦੇ, ਆਪਦੇ ਕੋਲੋਂ ਦਾਤਾਂ ਦੇਣ ਦੇ ਸਮਰੱਥ ਹੋ ਜਾਂਦੇ ਹਨ। ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ, ਜਿਸਦੇ ਹਿਰਦੇ ਵਿੱਚ ਨਾਮ ਹੈ ਉਹ ਫਲਬਰਦਾਤਾ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ, ਉਹਦੇ ਵਰਗਾ ਹੀ ਹੋ ਜਾਂਦਾ ਹੈ, ਉਹਦੇ ਵਾਂਗ ਹੀ ਉਹ ਦਾਤਾਂ ਦੇਣ ਦੇ ਸਮਰੱਥ ਹੈ। ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ, ਜਿਸਦੇ ਹਿਰਦੇ ਵਿੱਚ ਨਾਮ ਹੈ ਗੁਰਮੁਖੋ, ਇਹ ਸਾਰੇ ਸ਼ਬਦ ਵਿੱਚ ਨਾਮ ਦੀ ਮਹਿਮਾ ਹੈ। ਜਿਵੇਂ ਆਪ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਹੋ ਨਾ, ਅਤੇ ਉਹਦੇ ਵਿੱਚ ਸਭ ਤੋਂ ਪਹਿਲੀ ਅਸ਼ਟਪਦੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਾਪ ਤਾਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ। ਉਹਦੇ ਵਿੱਚ ਸਿਮਰਨ ਦੀ, ਸਿਮਰਨ ਅਤੇ ਨਾਮ ਗੱਲ ਉਹੀ ਹੈ, ਸਿਮਰਨ ਤੋਂ ਭਾਵ ਹੈ ਚੇਤੇ ਕਰਨਾ ਅਤੇ ਨਾਮ ਕਹਿੰਦੇ ਵਾਹਿਗੁਰੂ। ਇਹਦੇ ਵਿੱਚ ਮਹਾਰਾਜ ਨਾਮ ਦੀ ਮਹਿਮਾ ਦੱਸਦੇ ਪਏ। ਆਪਾਂ ਰਾਗੀ ਸਿੰਘ ਵੀ ਕੀਰਤਨ ਕਰਦੇ ਨਾ, ਅਤੇ ਉਹ ਕੀਰਤਨ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਪਾਉਂਦੇ, ਉਹ ਨਾਮ ਜਪਾਉਂਦੇ ਪਏ ਵੀ ਸਾਡਾ ਮਨ ਟਿਕੇ ਅਤੇ ਬਾਅਦ ਵਿੱਚ ਸਾਨੂੰ ਸ਼ਬਦ ਦੀ ਸਮਝ ਲੱਗੇ, ਸਾਡਾ ਧਿਆਨ ਜੁੜੇ ਅਤੇ ਸਾਨੂੰ ਸ਼ਬਦ ਦੀ ਸਮਝ ਲੱਗੇ, ਸਾਡਾ ਭਲਾ ਹੋਵੇ, ਨਾਮ ਤਾਂ ਜਪਾਇਆ ਜਾਂਦਾ। ਪਾਤਸ਼ਾਹ ਕਹਿਣ ਲੱਗੇ ਭਾਈ ਜਿਸਨੇ ਹਿਰਦੇ ਵਿੱਚ ਨਾਮ ਜਪਿਆ ਉੱਚਿਆਂ ਤੋਂ ਉੱਚਾ, ਉਹਦੇ ਵਰਗਾ ਉੱਚਾ ਹੀ ਕੋਈ ਨਹੀਂ, ਐਸੀ ਦਾਤ ਪਾਉਂਦੇ ਹਨ। ਨਾਮ ਬਿਨਾ ਭ੍ਰਮ ਜੋ ਨੀ ਮੁਚਾ, ਜਿਹੜਾ ਨਾਮ ਨਹੀਂ ਜਪਦਾ, ਸਾਡਾ ਬਹਾਨਾ ਮੇਰੇ ਕੋਲ ਤਾਂ ਟਾਈਮ ਹੀ ਨਹੀਂ, ਮੇਰੇ ਕੋਲ ਤਾਂ ਸਿਰ ਖੁਰਕਣ ਦਾ ਟਾਈਮ ਨਹੀਂ, ਅਤੇ ਕਈ ਤਾਂ ਇਹੋ ਜਿਹਾ ਨੇ ਕਹਿੰਦੇ ਸਾਡੇ ਕੋਲ ਮਰਨ ਦਾ ਵੀ ਟਾਈਮ ਨਹੀਂ ਹੈਗਾ। ਮਰਨ ਦਾ ਟਾਈਮ ਤੈਨੂੰ ਕੱਢਣ ਦੀ ਲੋੜ ਨਹੀਂ ਹੈ, ਉਹ ਜਮਾਂ ਨੇ ਆਪੇ ਹੀ ਕੱਢ ਲੈਣਾ, ਆ ਕੇ ਉਹਨੇ ਆਪੇ ਟਾਈਮ ਸਾਰੇ ਬਣਾ ਲੈਣਾ। ਪਾਤਸ਼ਾਹ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਉਹ ਭਰਮਦੇ ਪਏ ਜੂਨਾਂ ਦੇ ਵਿੱਚ, ਮਨੁੱਖਾ ਜਨਮ ਵਿੱਚ ਤੇਰੇ ਕੋਲ ਟਾਈਮ ਨਹੀਂ ਹੈ ਨਾਮ ਜਪਣ ਦਾ, ਫਿਰ ਉਹਨੇ ਤੈਨੂੰ ਪਸ਼ੂ ਬਣਾ ਦੇਣਾ ਵੀ ਚੱਲ ਫਿਰ ਘਾਹ ਹੀ ਖਾਂਦਾ ਰਹੋ, ਤੇਰੇ ਕੋਲ ਟਾਈਮ ਨਹੀਂ। ਮਨੁੱਖਾ ਜਨਮ ਵਿੱਚ ਨਾਮ ਨਹੀਂ ਜਪਿਆ, ਪੰਛੀ ਬਣਾਵੇਗਾ, ਚੱਲ ਫਿਰ ਚੋਗਾ ਚੁਗਦਾ ਰਹੋ। ਮਹਾਰਾਜ ਕਹਿਣ ਲੱਗੇ ਨਾਮ ਤੋਂ ਬਿਨਾਂ ਇਹ ਭਰਮਦਾ ਹੈ ਜੂਨੀਆਂ ਦੇ ਵਿੱਚ,
ਅਤੇ ਮੂਚਾ ਤੋਂ ਭਾਵ ਹੁੰਦਾ ਬਹੁਤੀਆਂ ਜੂਨਾਂ, ਇਹ ਨਹੀਂ ਵੀ ਇੱਕ ਜੂਨੀ ਦੋ ਜੂਨਾਂ ਵਿੱਚ ਜਾ ਕੇ ਛੁਟਕਾਰਾ ਹੋ ਜਾਣਾ, ਨਹੀਂ, 84 ਲੱਖ ਜੂਨਾਂ ਵਿੱਚ ਪਾਉਂਦਾ ਫਿਰਦਾ ਹੈ। ਜਿਸ ਨਾਮ ਹਿਰਦੇ ਤਿਸ ਪ੍ਰਗਟ ਪਹਾਰਾ, ਗੁਰਮੁਖੋ ਜਿਸ ਦੇ ਹਿਰਦੇ ਵਿੱਚ ਨਾਮ ਹੈ ਨਾ ਉਸ ਦਾ ਜਸ ਪਹਾਰਾ ਕਹੀਏ ਸੰਸਾਰ ਵਿੱਚ ਪ੍ਰਗਟ ਹੈ, ਨਾਮ ਦੀ ਮਹਿਮਾ ਹੈ, ਨਾਮ ਜਪਣ ਵਾਲਿਆਂ ਦਾ ਜਸ ਪੂਰੇ ਸੰਸਾਰ ਵਿੱਚ ਹਰ ਵੇਲੇ ਬਣਦਾ ਹੈ। ਜਿਸ ਨਾਮ ਹਿਰਦੇ ਤਿਸ ਮਿਟਿਆ ਅੰਧਾਰਾ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ ਉਹਨਾਂ ਦੇ ਅੰਦਰ ਅੰਧਿਆਰਾ, ਅੰਧਿਆਰਾ ਤੋਂ ਭਾਵ ਹੁੰਦਾ ਗੁਰਮੁਖੋ ਅਗਿਆਨਤਾ ਰੂਪੀ ਹਨੇਰਾ ਉਹਨਾਂ ਦਾ ਮਿਟ ਗਿਆ ਹੈ, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਹੈ, ਨਾਮ ਨੇ ਐਸਾ ਹਿਰਦੇ ਵਿੱਚ ਪ੍ਰਕਾਸ਼ ਕੀਤਾ ਹੈ। ਜਿਸ ਨਾਮ ਹਿਰਦੇ ਸੋ ਪੁਰਖ ਪ੍ਰਵਾਨ, ਜਿਸ ਦੇ ਹਿਰਦੇ ਵਿੱਚ ਗੁਰਮੁਖੋ ਨਾਮ ਹੈ ਉਹ ਬੰਦਾ ਦੁਨੀਆਂ 'ਤੇ ਆਇਆ ਪ੍ਰਮਾਣ ਹੈ, ਪ੍ਰਮਾਣ ਤੋਂ ਭਾਵ ਵੀ ਸਫਲਾ ਹੈ, ਆਪਾਂ ਦੁਨੀਆਂ 'ਚ ਆਏ ਕਿਸੇ ਗਿਣਤੀ ਵਿੱਚ ਨਹੀਂ, ਅੱਜ ਅਸੀਂ ਦੁਨੀਆਂ 'ਤੇ ਹਾਂ ਆਪਣਾ ਨਾਮ ਮਨਾਉਂਦੇ ਪਏ ਹਾਂ, ਸਾਡਾ ਤਾਂ ਨਾਮ ਸਾਡੇ ਮੁਹੱਲੇ ਵਿੱਚ ਕੋਈ ਨਹੀਂ ਜਾਣਦਾ, 2-4 ਘਰ ਛੱਡ ਕੇ ਅਗਲੇ ਕਹਿੰਦੇ ਸਾਨੂੰ ਨਹੀਂ ਪਤਾ ਇਸ ਨਾਮ ਦਾ ਬੰਦਾ ਰਹਿੰਦਾ ਵੀ ਹੈ ਕਿ ਨਹੀਂ ਰਹਿੰਦਾ, ਸਾਡੇ ਹੁੰਦਿਆਂ ਸਾਡੇ ਮੁਹੱਲੇ ਗਲੀ ਵਿੱਚ ਸਾਨੂੰ ਕੋਈ ਨਹੀਂ ਜਾਣਦਾ, 2-4 ਘਰਾਂ ਤੋਂ ਪਰੇ ਸਾਨੂੰ ਕੋਈ ਨਹੀਂ ਜਾਣਦਾ ਬੰਦਾ ਹੈ ਵੀ ਹੈ ਕਿ ਨਹੀਂ ਹੈ, ਪਰ ਜਿਹਦੇ ਹਿਰਦੇ ਵਿੱਚ ਨਾਮ ਹੁੰਦਾ ਨਾ ਗੁਰਮੁਖੋ ਉਹ ਦੁਨੀਆਂ 'ਤੇ ਆਇਆ ਗਿਣਤੀ ਵਿੱਚ ਹੈ, ਜਿਸ ਦਿਨ ਅਸੀਂ ਦੁਨੀਆਂ ਤੋਂ ਚਲੇ ਗਏ ਅਸੀਂ ਗਿਣਤੀ ਵਿੱਚ ਵੀ ਨਹੀਂ ਰਹਿਣਾ, ਸਰਕਾਰ ਮਰਦਮਸ਼ੁਮਾਰੀ ਕਰਦੀ ਹੈ ਨਾ ਅਤੇ ਜਿਉਂਦਿਆਂ ਦੀ ਹੁੰਦੀ ਹੈ ਮਰਿਆਂ ਦੀ ਥੋੜ੍ਹੀ ਹੈ, ਜਿੱਦਣ ਮਰ ਗਿਆ ਉਹਦਿਨ ਸਰਕਾਰ ਦੀ ਗਿਣਤੀ ਵਿੱਚ ਵੀ ਨਹੀਂ ਰਹਿਣਾ ਹੈ ਵੀ ਅਸੀਂ ਦੁਨੀਆਂ 'ਤੇ ਕਦੇ ਆਏ ਸੀ, ਅਤੇ ਜੇ 1-2 ਪੀੜ੍ਹੀਆਂ ਹੋਰ ਲੰਘ ਗਈਆਂ ਤਾਂ ਸਾਡੇ ਪੁੱਤ ਪੋਤਰਿਆਂ ਨੇ ਵੀ ਨਹੀਂ ਯਾਦ ਕਰਨਾ ਵੀ ਹੈ ਸੀ ਕੋਈ ਇਸ ਨਾਮ ਦਾ ਸਾਡਾ ਵੀ ਬਾਪੂ, ਫੋਟੋ ਲਾ ਕੇ ਪਰੇ ਬਾਹਰ ਸੁੱਟ ਦੇਣੀ ਡਸਟਬਿਨ 'ਚ ਵੀ ਜਾ ਪਰੇ ਤੂੰ ਸਾਡੇ ਵਾਸਤੇ ਕੀ ਕੀਤਾ। ਮਹਾਰਾਜ ਕਹਿਣ ਲੱਗੇ ਨਾਮ ਤੋਂ ਬਿਨਾਂ ਅਸੀਂ ਦੁਨੀਆਂ 'ਤੇ ਆਏ ਕਿਸੇ ਗਿਣਤੀ ਵਿੱਚ ਨਹੀਂ, ਪਰ ਜਿਨ੍ਹਾਂ ਨੇ ਨਾਮ ਜਪਿਆ ਉਹ ਦੁਨੀਆਂ 'ਤੇ ਆਏ ਪ੍ਰਵਾਨ ਹਨ। ਨਾਮ ਬਿਨਾਂ ਫਿਰ ਆਵਣ ਜਾਣ, ਜਿਹੜੇ ਨਾਮ ਨਹੀਂ ਜਪਦੇ ਜਿਵੇਂ ਹੁਣ ਆਪਾਂ ਨਹੀਂ ਕਹਿੰਦੇ ਵੀ ਸਾਡੇ ਕੋਲ ਸਮਾਂ ਨਹੀਂ, ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਫਿਰ ਆਵਣ ਜਾਣ ਆਉਣ ਜਾਣ ਵਿੱਚ ਲੱਗਾ ਰਵੇਗਾ, ਜੰਮ ਜੰਮ ਮਰੈ ਮਰੈ ਫਿਰ ਜੰਮੇ ਬਹੁਤ ਸਜਾਏ ਪਿਆ। ਅੱਜ ਸਾਡੇ ਕੋਲ ਜਪਜੀ ਸਾਹਿਬ ਦਾ ਪਾਠ ਕਰਨ ਵਾਸਤੇ 10 ਮਿੰਟ ਦਾ ਟਾਈਮ ਨਹੀਂ ਨਾ, ਪਰਮਾਤਮਾ ਨੇ ਖੁੱਲ੍ਹਾ ਟਾਈਮ ਦੇਣਾ ਕਈ ਸਦੀਆਂ ਦਾ, ਚੱਲ ਤੁਰਿਆ ਚੱਲ ਇਹਨਾਂ ਸਦੀਆਂ ਵਿੱਚ ਜਨਮ ਲੈਂਦਾ ਆ ਮਰਦਾ ਜਾ ਲੈਂਦਾ ਆ ਮਰਦਾ ਜਾ, ਅੱਜ 10 ਮਿੰਟ ਕੱਢਣੇ ਔਖੇ ਲੱਗਦੇ, 1 ਘੰਟਾ ਸੁਖਮਨੀ ਸਾਹਿਬ ਦੇ ਪਾਠ ਵਾਸਤੇ ਔਖਾ ਲੱਗਦਾ, ਸੰਗਤ ਵਿੱਚ ਬੈਠਣਾ ਪਵੇ ਤਾਂ 40-35 ਮਿੰਟ ਬੜੇ ਔਖੇ ਲੱਗਦੇ ਵੀ ਕਦੋਂ ਸਮਾਂ ਹੋਵੇ ਤਾਂ ਜਾਨ ਛੁੱਟੇ। ਮਹਾਰਾਜ ਕਹਿੰਦੇ ਹੁਣ ਤੇਰੇ ਕੋਲ ਸਮਾਂ ਨਹੀਂ ਹੈ, ਫਿਰ ਪਰਮਾਤਮਾ ਨੇ ਤੈਨੂੰ ਇੰਨਾ ਸਮਾਂ ਦੇਣਾ ਵੀ ਚੱਲ ਪਸ਼ੂ ਬਣ ਕੇ ਤੁਰਿਆ ਆ ਪੰਛੀ ਬਣ ਕੇ ਤੁਰਿਆ ਚੱਲ, ਅਤੇ ਫਿਰ ਜਨਮਾਂ ਵਿੱਚ ਹੀ ਤੁਰਿਆ ਰਹਿੰਦਾ ਹੈ, ਆਉਣਾ ਜਾਣਾ ਫਿਰ ਕਦੇ ਮੁੱਕਦਾ ਨਹੀਂ ਹੈ। ਨਾਮ ਪਾਇਆ ਜਿਸ ਭਇਓ ਕਿਰਪਾਲ, ਜਿਹਦੇ ਉੱਪਰ ਪਰਮਾਤਮਾ ਕਿਰਪਾਲੂ ਹੋ ਜਾਂਦਾ ਹੈ ਨਾ ਭਾਈ, ਉਹ ਨਾਮ ਨੂੰ ਪਾਉਂਦੇ। ਆਪਾਂ ਸੰਗਤ ਵਿੱਚ ਆਈਦਾ, ਜੋੜੇ ਝਾੜੀਦੇ, ਝਾੜੂ ਲਾਈਦਾ, ਬਰਤਨ ਸਾਫ਼ ਕਰੀਦੇ, ਗੁਰਸਿੱਖਾਂ ਨੂੰ ਨਮਸਕਾਰ ਕਰੀਦੀ ਹੈ, ਕਾਹਦੇ ਵਾਸਤੇ ਵੀ ਸਤਿਗੁਰੂ ਮੇਰੇ 'ਤੇ ਕਿਰਪਾਲੂ ਹੋ ਜਾਣ, ਵੀ ਇਹ ਸਿੱਖ ਬੜਾ ਚੰਗਾ ਹੈ। ਜਦੋਂ ਮਹਾਰਾਜ ਕਿਰਪਾਲੂ ਹੋ ਜਾਂਦੇ ਫਿਰ ਸਤਿਗੁਰੂ ਨਾਮ ਦੀ ਦਾਤ ਦਿੰਦੇ ਹਨ। ਸਾਧ ਸੰਗਤ ਮਹਿ ਲਖੇ ਗੋਪਾਲ, ਇਹ ਗੁਰੂ ਦੀ ਸੰਗਤ ਹੈ, ਇਹਦੇ ਵਿੱਚ ਪਰਮਾਤਮਾ ਨੂੰ ਲਖੇ ਕਹੀਏ ਜਾਣਿਆ ਜਾਂਦਾ, ਇਹਦੇ ਵਿੱਚੋਂ ਪਰਮਾਤਮਾ ਮਿਲਦਾ ਹੈ। ਆਵਣ ਜਾਣ ਰਹੇ ਸੁਖ ਪਾਇਆ, ਗੁਰਮੁਖੋ ਜਿਨ੍ਹਾਂ ਨੇ ਨਾਮ ਜਪਿਆ ਉਹ ਜੰਮ ਕੇ ਆਉਣਾ ਅਤੇ ਮਰ ਕੇ ਜਾਣਾ ਇਹਦੇ ਵਿੱਚੋਂ ਰਹਿਤ ਹੋ ਗਿਆ, ਰਹਿ ਗਿਆ, ਨਹੀਂ ਜੰਮ ਕੇ ਹੀ ਨਹੀਂ ਆਉਣਾ ਪਵੇਗਾ, ਜੰਮ ਕੇ ਨਹੀਂ ਆਇਆ ਤਾਂ ਮਰ ਕੇ ਵੀ ਨਹੀਂ ਜਾਣਾ ਪਵੇਗਾ,
ਆਉਣ ਜਾਣ ਤੋਂ ਗੁਰਮੁਖ ਜਿਹੜੇ ਰਹਿਤ ਹੋ ਜਾਂਦੇ, ਸੁਖ ਪਾਇਆ, ਉਹਨਾਂ ਨੇ ਆਤਮਿਕ ਸੁਖ ਨੂੰ ਪ੍ਰਾਪਤ ਕੀਤਾ ਹੈ। ਕਉ ਨਾਨਕ ਤਤੈ ਤਤ ਮਿਲਾਇਆ। ਪਾਤਸ਼ਾਹ ਕਹਿਣ ਲੱਗੇ ਭਾਈ ਉਹ ਗੁਰਮੁਖ ਜਿਹੜੇ ਨੇ ਤਤ ਸਰੂਪ ਪਰਮਾਤਮਾ ਦੇ ਨਾਮ ਦੇ ਨਾਲ ਹੀ ਮਿਲ ਗਿਆ। ਨਾਮ ਜਪਿਆ ਨਾ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ। ਨਾਮ ਜਪਣ ਵਾਲੇ ਨਾਮ ਜਪ ਕੇ ਉਹਦੇ ਵਿੱਚ ਹੀ ਲਿਵਲੀਨ ਹੋ ਗਿਆ, ਉਹਦਾ ਹੀ ਰੂਪ ਹੋ ਗਿਆ, ਉਹਦੇ ਵਿੱਚ ਹੀ ਮਿਲ ਗਿਆ, ਐਸੀ ਕਿਰਪਾ ਪ੍ਰਾਪਤ ਕਰਦੇ। ਇਹ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ੀਆਂ, ਭੁੱਲਾਂ ਚੁੱਕਾਂ ਦੀ ਮੁਆਫੀ ਦਿਓ, ਸੱਜਣ ਅਸੀਸੜੀਆਂ ਸਾਹਿਬ ਸਿਓ ਮੇਲੋ। ਤੇ ਨਾਮ ਪਾਇਆ ਜਿਸ ਭਇਓ ਕਿਰਪਾਲ, ਸਾਧ ਸੰਗਤ ਮੈਂ ਲਖੈ ਗੋਪਾਲ, ਆਵਣ ਜਾਣ ਰਹੇ ਸੁਖ ਪਾਇਆ, ਕਉ ਨਾਨਕ ਤਤੈ ਤਤ ਮਿਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।